ਅਸੀਂ ਨਾਮ ਵੀ ਸਵਾਦ ਦੇ ਆਸਰੇ ਜਪਦੇ ਹਾਂ। ਸਵਾਦ ਤਾਂ ਇਹੋ ਜਿਹੀ ਚੀਜ਼ ਹੈ ਜਿਹੜਾ ਜਾਣ ਬੁੱਝ ਕੇ ਪਾਪ ਕਰਵਾ ਦਿੰਦੀ ਹੈ। ਭਲਾ ਦੱਸੋ, ਜੇ ਕਦੇ ਪਾਪ ਵਿੱਚ ਸਵਾਦ ਨਾ ਹੁੰਦਾ ਤਾਂ ਪਾਪ ਕੌਣ ਕਰਦਾ? ਇਸੇ ਤਰ੍ਹਾਂ ਜੇ ਨਾਮ ਦੇ ਜਪਣ ਵਿੱਚ ਰਸ ਹੁੰਦਾ ਤਾਂ ਕੌਣ ਨਾ ਜਪਦਾ? ਪਰ ਇਹ ਤਾਂ ਸਿਰ ਜੋਗ ਅਲੂਣੀ ਚਟਣੀ, ਪੁੱਜ ਨਾ ਸਕੇ ਅਮਿਓ ਰਸ ਇੱਖੀ। ਇਹ ਤਾਂ ਅਲੂਣੀ ਸਿਲਾ ਚੱਟਣ ਦਾ ਸਮਾਂ ਜਿਹੜਾ ਹਿੰਮਤ ਨਾਲ ਕਸੀਸ ਵੱਟਣ ਨਾਲ ਸਫਲ ਹੋ ਸਕਦਾ। ਜੇ ਕਿਤੇ ਰਸ ਮਿਲ ਗਿਆ ਤੇ ਨਾਮ ਜਪ ਲਿਆ ਤਾਂ ਕਿਹੜੀ ਵੱਡੀ ਗੱਲ ਹੋਈ? ਜਦੋਂ ਰਸ ਟੁੱਟੇ ਤਾਂ ਨਾਮ ਜਪੋ, ਕਸੀਸ ਵੱਟ ਕੇ ਜਪੋ, ਸਾਵਧਾਨ ਹੋ ਕੇ ਜਪੋ ਤਾਂ ਸਵਾਦ ਹੈ। ਉਦੋਂ ਸਰੀਰ ਵਿੱਚ ਨਾ ਗੁਬਾਰ ਹੁੰਦਾ, ਇਸ ਗੁਬਾਰ ਨਾਲ ਨਾਮ ਦਾ ਯੁੱਧ ਹੁੰਦਾ। ਯੁੱਧ ਵਿੱਚ ਸੁੱਖ ਕਿੱਥੇ? ਯੁੱਧ ਵਿੱਚ ਤਾਂ ਸਾਵਧਾਨ ਹੋ ਕੇ, ਇਕਾਗਰ ਹੋ ਕੇ ਗੋਲਾਬਾਰੀ ਕਰੀਦੀ। ਹਰ ਸਵਾਸ ਵਿੱਚ ਨਾਮ ਦਾ ਫਾਇਰ ਕੀਤਿਆਂ ਵੈਰੀ ਦੇ ਕਿੰਗਰੇ ਗੜਾ ਗੜ ਢੈਂਦੇ ਰਹਿੰਦੇ ਨੇ। ਮੋਰਚੇ ਤੋਂ ਬਾਅਦ ਮੋਰਚਾ ਫਤਿਹ ਹੋ ਜਾਂਦਾ, ਫਿਰ ਕਿਲਾ ਸਾਰ ਹੋ ਜਾਂਦਾ, ਫਿਰ ਰਸ ਆ ਜਾਂਦਾ। ਰਸ ਫਿਰ ਆਪੇ ਨਾਮ ਜਪਾਈ ਜਾਂਦਾ। ਇਹ ਨਾਮ ਜਪਣਾ ਔਖਾ ਹੈ, ਪਰ ਇਹਾ ਹੀ ਹੈ ਜਿਹੜਾ ਰਸ ਵਾਲੇ ਨਾਮ ਵਿੱਚ ਲੈ ਜਾਂਦਾ। ਇਸ ਵਿੱਚ ਇੱਕੋ ਹੀ ਨੁਕਤਾ ਹੈ ਕਿ ਜਪੀ ਜਾਓ ਤੇ ਪ੍ਰਵਾਹ ਨਾ ਕਰੋ। ਜਿਹੜੀ ਸੋਚ ਵੀ ਨੇੜੇ ਆਵੇ ਵਗਾਹ ਮਾਰੋ ਤੇ ਜੀਵ ਨੂੰ ਖਲੋਣ ਨਾ ਦਿਓ। ਬਸ ਇਸੇ ਢੰਗ ਨਾਲ ਕਲਿਆਣ ਵਾਲੀ ਅਵਸਥਾ ਆਉਣੀ। ਸਾਨੂੰ ਚਾਰ ਕੁ ਦਿਨ ਰਸ ਆਵੇ, ਜੇ ਫਿਰ ਗੁਬਾਰ ਪਵੇ ਤਾਂ ਅਸੀਂ ਉਸ ਰਸ ਦੇ ਇਸ਼ਕ ਵਿੱਚ ਬੌਰੇ ਹੋ ਜਾਂਦੇ ਹਾਂ ਤੇ ਸਮਝਦੇ ਨਹੀਂ ਕਿ ਸਾਡੀ ਸੁਸਤੀ ਤੇ ਘਬਰਾਹਟ ਸਗੋਂ ਵੈਰੀ ਨੂੰ ਖੁਸ਼ੀ ਦੇ ਰਹੇ ਨੇ ਤੇ ਸਾਡੇ ਉੱਤੇ ਹਮਲਾ ਕਰਨ ਲਈ ਬਲ ਦੇ ਰਹੇ ਨੇ। ਕਸੀਸ ਵੱਟ ਕੇ ਸਵਾਦ ਤੋਂ ਬੇਪਰਵਾਹ ਹੋ ਕੇ ਮੋਰਚਾ ਗੱਡ ਦਿੱਤਾ ਜਦੋਂ ਤੱਕ ਫਤਿਹ ਨਾ ਹੋ ਜਾਏ। ਪਤਾ ਨਹੀਂ ਮੈਂ ਹਾਂ ਕਿ ਨਹੀਂ, ਪਰ ਗੱਲ ਇਹ ਹੈ ਜਿਹੜੀ ਹਰ ਹਾਲ ਸਮਝ ਲੈਣੀ ਚਾਹੀਦੀ ਹੈ। ਸਰਦਾਰ ਹੋਰਾਂ ਨੂੰ ਆਖਣਾ, ਪਹਾੜ ਉੱਤੇ ਸੈਰ ਕਰਨ ਜਾਣਗੇ ਨਾ, ਵਾਹਿਗੁਰੂ ਨੂੰ ਘਰ ਨਾ ਛੱਡ ਜਾਣ, ਸਾਵਧਾਨ ਹੋ ਕੇ ਨਾਮ ਜਪਣ, ਕਿਸੇ ਕੁਸੰਗੀ ਸਰੀਰ ਨਾਲ ਪਿਆਰ ਨਾ ਕਰਨ। ਹਰੇਕ ਨੂੰ ਆਪਣਾ ਫਿਕਰ ਆਪੇ ਕਰਨਾ ਚਾਹੀਦਾ। ਜੇ ਮੁੱਦਾ ਹੀ ਸੁਸਤ ਹੋਵੇ ਤੇ ਗਵਾਹ ਚੁਸਤ ਤਾਂ ਕੀ ਬਣੇਗਾ? ਹੱਠ ਕਰਕੇ ਪਾਠ ਕਰਨ ਤੇ ਜਿਹੜਾ ਪਹਾੜ ਸਹੇੜ ਲਿਆਏ ਨੇ ਉਸਨੂੰ ਧੋ ਧੋ ਕੇ ਕੱਢਣ। ਬਿਨ ਬੈਰਾਗ ਨਾ ਛੂਟਸ ਮਾਇਆ, ਨਾਲੇ ਕੋਈ ਚੌਧਰੀ ਬਣੇ ਤੇ ਨਾਲੇ ਚੌਧਰੀ ਹੋਣ ਦਾ ਸ਼ੌਕ ਵੀ ਅੰਦਰ ਹੋਵੇ, ਫਿਰ ਚਾਹੇ ਕਿ ਧਰਮ ਵਿੱਚ ਵੀ ਸਵਾਦ ਆਵੇ, ਇਹ ਗੱਲ ਨਹੀਂ ਹੋ ਸਕਦੀ। ਉੱਤੇ ਮੈਂ ਆਖਿਆ ਸੀ ਬਈ ਹੱਠ ਕਰਕੇ ਬਾਣੀ ਪੜੋ, ਕੁਝ ਆਪਣੇ ਅੰਦਰ ਨਜ਼ਰ ਵੱਜੇ ਬਈ ਮੈਲ ਕਿੱਥੇ ਪਈ ਏ ਤਾਂ ਉਸ ਨੂੰ ਕੱਢਿਆ ਜਾਏ। ਆਪ ਹਿੰਮਤ ਕਰਨੀ ਚਾਹੀਦੀ ਏ, ਮਦਦ ਦਾ ਵੀ ਉਸੇ ਨੂੰ ਲਾਭ ਹੁੰਦਾ ਜਿਹੜਾ ਆਪ ਹਿੰਮਤ ਕਰਦਾ। ਹਿੰਮਤ ਕਰਦਿਆਂ ਜਦੋਂ ਡਿੱਗਣ ਲੱਗੇ ਤਾਂ ਮਦਦ ਜਿਹੜੀ ਏ ਉਹ ਕਾਰਗਰ ਸਾਬਤ ਹੁੰਦੀ ਏ, ਤੇ ਜੇ ਕੋਈ ਹਿੰਮਤ ਹੀ ਨਾ ਕਰੇ, ਲੰਮਾ ਹੀ ਪਿਆ ਰਵੇ, ਫਿਰ ਮਦਦ ਕੀ ਸਵਾਰੇਗੀ ਸਵਾਏ ਮਦਦਗਾਰ ਦੇ ਮੋਢੇ ਥਕਾਉਣ ਦੇ। ਉਹਨਾਂ ਵਿੱਚ ਹਿੰਮਤ ਦਾ ਮਾਦਾ ਵਧਾਓ, ਨਹੀਂ ਤਾਂ ਤੁਸੀਂ ਮਦਦ ਕਰਦੇ ਕਰਦੇ ਟੁੱਟ ਜਾਇਆ ਕਰੋਗੇ, ਇਹ ਤੇ ਸਗੋਂ ਘਾਟਾ ਹੋਇਆ। ਜਿਵੇਂ ਬੱਚੇ ਖੜੋਣਾ ਤੇ ਤੁਰਨਾ ਆਪੇ ਸਿੱਖਦੇ ਨੇ, ਠੀਕ ਇਸੇ ਤਰ੍ਹਾਂ ਗੁਰਮੁਖ ਕਰਦੇ ਨੇ। ਸਦਾ ਕੁੱਛੜ ਚੁੱਕਣ ਨਾਲ ਲੱਤਾਂ ਨਿਰਬਲ ਹੋ ਜਾਣਗੀਆਂ। ਜੇ ਚਿੱਤ ਨਾ ਲੱਗੇ ਤਾਂ ਹੋਰ ਹਿੰਮਤ, ਹੋਰ ਪਾਠ, ਹੋਰ ਸੇਵਾ, ਹੋਰ ਵੈਰਾਗ ਤੇ ਵੈਰਾਗ ਦਾ ਉਪਦੇਸ਼ ਦਿਓ, ਬਸ ਹਉਮੈ ਉੱਡ ਜਾਏਗੀ। ਜੇ ਰਸ ਵਣਜ ਲਈ ਮਾਪੇ ਰਾਸ ਦੇ ਦੇਣ
ਤਾਂ ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਨ। ਖੱਟੀ ਭਾਵੇਂ ਘੱਟ ਹੋਵੇ ਪਰ ਘਾਟਾ ਤੇ ਨਾ ਨਾ ਪਵੇ। ਇਸ ਤਰ੍ਹਾਂ ਲੱਗਾ ਰਹੇ ਤਾਂ ਲੱਗਾ ਰਹੋ ਹਰਦਮ ਕਦੇ ਨਾ ਡੋਲ, ਲੱਗਾ ਰਵੇ ਤਾਂ ਲਾਖਦਾ ਹਟੇ ਤਾਂ ਕੌਡੀ ਮੋਲ। ਗ੍ਰਸਤ ਦਾ ਧਰਮ ਪਰਸਪਰ ਸਹਾਇਤਾ ਹੈ। ਹਾਂ, ਨਾਮ ਜਪਣਾ ਜਾਰੀ ਰਵੇ। ਹੋਰ ਕੀ ਲਿਖਾਂ, ਗੁਰੂ ਗੁਰੂ ਗੁਰ ਕਰਮਣ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਆਪ ਦੇ ਪਤੀ ਜੋ ਕਿ ਸਾਡੇ ਪਰਮ ਮਿੱਤਰ ਸਨ, ਵਿਛੋੜਾ ਦੇ ਗਏ ਨੇ। ਇਹ ਗੱਲ ਦਰਦਨਾਕ ਹੈ, ਪਰ ਹੈ ਤੇ ਸਾਡੇ ਮਾਲਕ ਸਾਡੇ ਵਾਹਿਗੁਰੂ ਦੇ ਹੁਕਮ ਵਿੱਚ ਨਾ, ਜਿਸ ਤੇ ਅਸੀਂ ਚਾਕਰ ਹਾਂ। ਤੇ ਸਰੀਰ ਛੱਡ ਕੇ ਅਸਾਂ ਸਾਰਿਆਂ ਨੇ ਜਿਸ ਦੇ ਕੋਲ ਜਾਣਾ ਹੈ, ਜਿੱਥੇ ਸਾਡਾ ਸੱਚਾ ਘਰ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਡੇ ਲਈ ਤੇ ਸਗੋਂ ਬਹੁਤ ਵੱਡੀਆਂ ਮੁਸ਼ਕਲਾਂ ਆ ਜਾਣਗੀਆਂ। ਸੰਸਾਰ ਦੀ ਯਾਤਰਾ ਬੜੀਆਂ ਮੁਸ਼ਕਲਾਂ ਵਾਲਾ ਕੰਮ ਹੈ, ਪਰ ਦਾਰੂ ਇਹ ਆ ਕਿ ਉਸ ਵਾਹਿਗੁਰੂ ਦਾ ਪੱਲਾ ਘੁੱਟ ਕੇ ਫੜ ਲਵੋ, ਨਾਮ ਜਪੋ, ਉਹ ਸਹਾਈ ਹੋਵੇ ਤੇ ਆਪਣੇ ਸਾਏ ਹੇਠ ਆਪਣੇ ਪਿਆਰ ਹੇਠ ਜੀਵਨ ਲੰਘਾਵੇ। ਸਿੱਖ ਕਦੇ ਨਹੀਂ ਮਰਦਾ, ਸਿੱਖ ਉਹ ਹੈ ਜਿਹੜਾ ਨਾਮ ਜਪਦਾ। ਸਿੱਖ ਜਨ ਹੈ, ਸਿੱਖ ਹੀ ਬੰਦਾ ਹੈ। ਜਨ ਤੇ ਬੰਦਾ, ਸੇਵਕ ਤੇ ਸਿੱਖ, ਇਹ ਅਮਰ ਨੇ। ਮਤ ਸਮਝੋ ਕਿ ਨਾਮ ਜਪਣ ਵਾਲਾ ਮਰ ਗਿਆ ਜਾਂ ਚਲਾਣਾ ਕਰ ਗਿਆ, ਉਹ ਤੇ ਜਿਉਂਦਾ ਹੈ, ਉਹ ਨਾਮ ਵਿੱਚ ਜਿਉਂਦਾ। ਸਿਰਫ ਚੋਲਾ ਵਟਾ ਲਿਆ। ਨਾਮ ਜਪੋ ਤੇ ਤਕੜੇ ਹੋਵੋ ਤੇ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਜਿਉਂਦਾ ਸਮਝੋ। ਆਪ ਨਾਮ ਜਪੋ ਤੇ ਵਾਹਿਗੁਰੂ ਦੇ ਪਿਆਰ ਵਿੱਚ ਆਓ, ਤਾਂ ਕਿ ਇਹ ਚੋਲਾ ਛੱਡ ਕੇ ਤੁਸੀਂ ਵੀ ਉੱਥੇ ਹੀ ਪਹੁੰਚ ਜਾਓ। ਸੰਸਾਰ ਕੁਝ ਦਿਨਾਂ ਦੀ ਖੇਡ ਹੈ, ਇਹ ਦਿਨ ਤੇ ਲੰਘ ਜਾਣੇ ਨੇ, ਇਹਨਾਂ ਨੂੰ ਸਫਲ ਬਣਾਓ। ਮਾਲਕ ਦੇ ਹੁਕਮ ਵਿੱਚ ਮਨ ਨੂੰ ਵਾਹਿਗੁਰੂ ਦੇ ਚਰਨਾਂ ਨਾਲ ਮਿਲਾਉਣ ਦਾ ਉਪਰਾਲਾ ਕਰੋ। ਭਾਵੇਂ ਇਹ ਕੰਮ ਔਖਾ ਹੈ, ਪਰ ਅਸੀਂ ਨੌਕਰ ਹਾਂ ਵਾਹਿਗੁਰੂ ਮਾਲਕ ਦੇ। ਨੌਕਰਾਂ ਦਾ ਕੰਮ ਹੈ ਹੁਕਮ ਮੰਨਣਾ। ਵਾਹਿਗੁਰੂ ਪਿਤਾ, ਅਸੀਂ ਪੁੱਤਰ ਹਾਂ। ਪੁੱਤਰ ਦਾ ਕੰਮ ਹੈ ਪਿਤਾ ਦੀ ਮਰਜ਼ੀ ਨਾਲ ਆਪਣੀ ਮਰਜ਼ੀ ਮਿਲਾ ਲੈਣੀ। ਅਸੀਂ ਉਸਦੀ ਔਲਾਦ ਹਾਂ। ਔਲਾਦ ਦਾ ਕੰਮ ਹੈ ਮਾਂ ਦੀ ਚੁਪੇੜ ਨੂੰ ਵੀ ਪਿਆਰ ਭਰਾ ਲਾਡ ਸਮਝਣਾ। ਬੀਬਾ ਜੀਓ, ਸਿੱਖੀ ਇਹ ਹੈ। ਖੰਡੇ ਤਾਰ ਇਸੇ ਕਰਕੇ ਹੈ ਕਿ ਵਿਯੋਗ ਦੇ ਅਜਰ ਦੁੱਖ ਵਿੱਚ ਸਤਿਗੁਰੂ ਦੇ ਭਾਣੇ ਵਿੱਚ ਖੁਸ਼ ਹੋਣਾ, ਹੁਕਮ ਵਾਹਿਗੁਰੂ ਦੇ ਸਿਰ ਤੇ ਮੰਨਣਾ, ਨਾਮ ਵੱਧ ਜਪਣਾ। ਅਸਲ ਵਿੱਚ ਦੁਕ੍ਰਿਤ ਸੁਕ੍ਰਿਤ ਸਾਡੇ ਕਰਮਾਂ ਦਾ ਫਲ ਨੇ, ਪਰ ਉਹ ਦਾਤਾ ਜੀ ਜੇ ਅਸੀਂ ਸਿਮਰਨ ਕਰੀਏ ਤਾਂ ਸਾਨੂੰ ਮਿਹਰ ਨਾਲ ਢੱਕ ਦਿੰਦਾ, ਦੁੱਖਾਂ ਦੇ ਸੰਤਾਪ ਨੂੰ ਮਿਟਾ ਦਿੰਦਾ। ਜੇ ਹਿੰਮਤ ਨਾਲ ਨਾਮ ਜਪੋਗੇ ਨਾ ਤਾਂ ਸੰਤਾਪ ਮਿਟ ਜਾਏਗਾ। ਬਾਕੀ ਜੀਵਨ ਵਾਹਿਗੁਰੂ ਨੂੰ ਅਰਪਣ ਕਰੋ। ਤੁਸੀਂ ਅੱਗੇ ਹੀ ਗੁਰਮੁਖ ਹੋ, ਗੁਰੂ ਦੀ ਰਜ਼ਾ ਸਿਰ ਤੇ ਮੰਨੋ ਤੇ ਗੁਰੂ ਨੂੰ ਹੋਰ ਵਧੀਕ ਚੰਬੜੋ। ਜਿਵੇਂ ਮਾਂ ਚੁਪੇੜ ਵੀ ਮਾਰੇ ਨਾ ਤਾਂ ਸਗੋਂ ਬੱਚਾ ਮਾਂ ਦੇ ਹੋਰ ਚੰਬੜ ਕੇ ਗੱਲ ਨਾਲ ਲੱਗਦਾ। ਸ਼ੇਰ ਹੋ ਕੇ ਨਾਮ ਜਪੋ। ਪਤੀ ਨਾਲੋਂ ਵਿਛੋੜਾ ਸਦੀਵੀ ਨਹੀਂ, ਕੁਝ ਕਾਲਦਾ, ਫਿਰ ਸਦਾ ਅਮਰ ਜੀਵਨ ਵਿੱਚ ਇਕੱਠੇ ਰਹਿਣਾ। ਸੋ ਨਾਮ ਜਪੋ, ਲਿਵ ਲਾਓ, ਤਗੜੇ ਹੋਵੋ, ਪਤੀ ਵਰਗਾ ਚੰਗਾ ਜੀਵਨ ਬਣਾਓ ਤਾਂ ਕਿ ਤੁਸੀਂ ਆਪਣੇ ਪਤੀ ਦੇ ਕੋਲ ਪਹੁੰਚੋ। ਅਸੀਂ ਦਰਅਸਲ ਆਪਣੇ ਘਾਟਿਆਂ ਨੂੰ ਰੋਂਦੇ ਹਾਂ। ਉਂਝ ਨਾਮੀ ਪੁਰਖ ਨੂੰ ਦੁੱਖ ਸੁੱਖ ਨਹੀਂ ਹੁੰਦਾ, ਉਹ ਤੇ ਆਪਣੇ ਘਰ ਜਾਂਦਾ। ਸੋ ਬੀਬਾ, ਸ਼ੇਰ ਹੋ, ਨਾਮ ਜਪ,
ਆਪਣੇ ਪਤੀ ਨੂੰ ਨਾਮ ਬਾਣੀ ਦੀ ਸੁਗਾਤ ਕੱਲ, ਇਹ ਨਾ ਸਮਝ ਕੇ ਮੈਂ ਕੱਲੀ ਹਾਂ, ਨਾਮ ਜਪ, ਫਿਰ ਤੇਰੇ ਸਿਰ ਤੇ ਸੂਰਮਾ ਸਤਿਗੁਰੂ, ਜਿਹੜਾ ਆਪਣੇ ਸਿੱਖਾਂ ਨੂੰ ਆਪਣੇ ਘਰ ਜੰਮੇ ਪੁੱਤਰਾਂ ਤੋਂ ਵੀ ਵੱਧ ਪਿਆਰ ਕਰਦਾ, ਉਹ ਸਦਾ ਤੇਰੇ ਨਾਲ। ਮੈਂ ਇੱਕ ਅਰਦਾਸ ਤੇਰੇ ਲਈ ਕਰ ਸਕਣਾ, ਮੈਂ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨਾ ਕਿ ਸਤਿਗੁਰੂ ਤੇਰਾ ਸਹਾਈ ਹੋਵੇ, ਤੇਰੇ ਪਤੀ ਅਤੇ ਮੇਰੇ ਮਿੱਤਰ ਨੂੰ ਅਰਸ਼ਾਂ ਵਿੱਚ ਆਪਣੇ ਚਰਨਾਂ ਵਿੱਚ ਰੱਖੇ। ਮਾਤਾ ਜੀ ਨੂੰ ਵੀ ਬੇਨਤੀ ਕਰਨਾ ਨਾਮ ਜਪ ਕੇ ਜਨਮ ਸਵਾਰਨ, ਅਸੀਂ ਕੇਵਲ ਨਾਮ ਜਪਣ ਲਈ ਆਏ ਸਾਂ, ਹੋਰ ਹੋਰ ਗੱਲਾਂ ਵਿੱਚ ਜੀਵਨ ਗੁਆ ਰਹੇ। ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ, ਤੁਹਾਡਾ ਬੇਲੀ ਹੋਵੇ, ਵਾਹਿਗੁਰੂ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸੇ ਤੇ ਵਾਹਿਗੁਰੂ ਆਪਣੇ ਪਿਆਰ ਵਿੱਚ ਪਵਿੱਤਰਤਾ ਪ੍ਰੇਮ ਦਾ ਜੀਵਨ ਤੁਹਾਨੂੰ ਬਖਸ਼ੇ। ਦਿਲ ਦਾ ਲੱਗਣਾ ਜਾਂ ਨਾ ਲੱਗਣਾ, ਸੁੱਖ ਜਾਂ ਦੁੱਖ, ਖੇਚਲ ਅਤੇ ਆਰਾਮ, ਇਹ ਸਾਰੇ ਨਾਲੇ ਧਿਆਨ ਤੇ ਦਰਸ਼ਨ, ਇਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਕਰਕੇ ਨਾਮ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਧਿਆਨ ਵੀ ਇਸ ਦੇ ਮਗਰ ਹੈ ਤੇ ਦਰਸ਼ਨ ਵੀ ਇਸੇ ਦੇ ਮਗਰ ਨੇ, ਤੇ ਦੁੱਖ ਵੀ ਆਪੇ ਦੂਰ ਹੁੰਦੇ ਨੇ ਤੇ ਦਿਲ ਵੀ ਆਪੇ ਲੱਗ ਪੈਂਦਾ। ਯਾਦ ਰਹੇ, ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਜਾਂ ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਝਕਣਾ ਝਾਕ, ਤੇ ਉਹ ਜਿਹੜੀ ਗੱਲ ਲਿਖੇ ਵਿੱਚ ਹੈ ਨਾ, ਉਹ ਇਹ ਹੈ, ਕਾਰਜ ਕਾਮ ਬਾਟ ਘਾਟ ਜਪੀਜੈ, ਗੁਰਪ੍ਰਸਾਦ ਹਰ ਅੰਮ੍ਰਿਤ ਪੀਜੈ। ਸਭ ਤੋਂ ਵੱਡੀ ਗੱਲ, ਜਿਵੇਂ ਅਸੀਂ ਸਾਰਾ ਕੁਝ ਕਰਦੇ ਹਾਂ, ਆਪਣੀ ਸੁਰਤੀ ਦਾ ਕੇਂਦਰ ਨਾਮ ਨੂੰ ਬਣਾਓ, ਇਸ ਦੇ ਦੁਆਲੇ ਦੁਆਲੇ ਸਵਾਸ ਘੁੰਮਣ, ਧਿਆਨ ਵੀ ਇਸੇ ਗੇੜ ਵਿੱਚ ਪਏ ਦਿਸਣਗੇ ਤੇ ਹੌਲੀ ਹੌਲੀ ਸੁੱਖ ਵੀ ਆ ਜਾਣਗੇ। ਜਨਮਾਂ ਜਨਮਾਂਤਰਾਂ ਦੀਆਂ ਭੁੱਲਾਂ ਲਗਾਤਾਰ ਜਪਣ ਨਾਲ ਹਟ ਜਾਂਦੀਆਂ। ਜਪੋ ਪਰ ਇਸ ਤਰ੍ਹਾਂ ਕਿ ਸਾਵਧਾਨ ਇਕਾਗਰ ਚੀਤ ਹੋ ਗਏ, ਜੇ ਚਿੱਤ ਨਾ ਲੱਗੇ ਤਾਂ ਹੋਰ ਸਾਵਧਾਨ ਹੋ ਕੇ ਲੱਗੋ। ਦੁਨੀਆਂ ਦੇ ਦੁੱਖ ਸੁੱਖ ਤੇ ਸਰੀਰ ਦੀ ਅਰੋਗਤਾ ਦੀ ਰੱਤੀ ਪ੍ਰਵਾਹ ਨਾ ਕਰੋ। ਜਦੋਂ ਸੁਰਤੀ ਸਾਫ਼ ਹੁੰਦੀ ਹੈ ਨਾ, ਤਾਂ ਇਹ ਸਾਰੇ ਆਪੇ ਠੀਕ ਹੋ ਜਾਂਦੇ ਨੇ। ਨੀਅਤ ਦਾ ਨਿਸ਼ਾਨਾ ਇਹ ਹੋਣਾ ਚਾਹੀਦਾ, ਸਹਿਜ ਸੁਭਾਏ ਹੋਵੇ ਸੋ ਹੋਏ, ਕਰਨਾ ਹਾਰ ਪਛਾਣੇ ਸੋਏ। ਹਰ ਬੰਦਾ ਆਪਣੇ ਆਪ ਨੂੰ ਅਧਿਕਾਰੀ ਖਿਆਲ ਕਰਦਾ, ਭਾਵ ਸੋਚਦਾ ਵਾਹਿਗੁਰੂ ਦਾ ਮਹਿਲ ਤਾਂ ਮੇਰੇ ਲਈ ਹੈ, ਦਾਅਵਾ ਕਰਦਾ, ਪਰ ਅਸਲ ਵਿੱਚ ਅਸੀਂ ਹਾਂ ਬਹੁਤ ਨੀਵੇਂ, ਇਹ ਨਹੀਂ ਸਮਝਦੇ ਉੱਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਇਹ ਆਮ ਖੇਡ ਹੈ ਕਿ ਵਾਹਿਗੁਰੂ ਦੇ ਨਾਮ ਦੀ ਗੱਲ ਧੀਰਜ ਨਾਲ, ਸਹਾਰੇ ਨਾਲ, ਸਹਿਜੇ ਸਹਿਜੇ ਸਫਲ ਹੁੰਦੀ ਹੈ। ਰੁੱਤ ਤੋਂ ਪਹਿਲਾਂ ਬਹੁਤੇ ਪਾਣੀ ਨਾਲ ਫਲ ਨਹੀਂ ਲੱਗਦਾ, ਸਗੋਂ ਬੂਟੇ ਸੜ ਜਾਂਦੇ ਨੇ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹ। ਗੁਰੂ ਹਕੀਮ ਜੁਗਤ ਨਾਲ ਸਾਡੀ ਆਤਮਾ ਦੀ ਅੱਖ ਦਾ ਆਪਰੇਸ਼ਨ ਕਰਦਾ ਤੇ ਫਰਮਾਉਂਦਾ, ਪਹਿਲਾਂ ਬਾਣੀ ਨਾਲ ਪਿਆਰ ਕਰ, ਬਾਣੀ ਗੁਰੂ ਦਾ ਰੂਪ ਹੈ। ਬਾਣੀ ਨਾਲ ਪਿਆਰ ਕੀਤਿਆਂ ਬਾਣੀ ਆਪੇ ਰਸਤਾ ਦਿੰਦੀ ਹੈ, ਸਤਸੰਗ ਸਹਾਇਤਾ ਕਰਦਾ ਤੇ ਹੌਲੀ ਹੌਲੀ ਰੋਗ ਕੱਟਿਆ ਜਾਂਦਾ। ਪਿਆਰੇ ਸੱਜਣਾ, ਅਮਲੀ ਜ਼ਿੰਦਗੀ ਹੋਰ ਚੀਜ਼ ਹੈ, ਡਾਕਟਰੀ ਇਹ ਘੰਟੇ ਵਿੱਚ ਨਹੀਂ ਆ ਜਾਂਦੀ। ਰੋਜ਼ ਰੋਟੀ ਪੱਕਦੀ ਵੇਖੀ ਦੀ ਹੈ, ਪਰ ਜਦੋਂ ਆਪ ਵੇਲਣ ਬੈਠੀ ਹੈ ਨਾ, ਫਿਰ ਸਗੋਂ ਗੋਲ ਨਹੀਂ ਬਣਦੀ। ਸਤਸੰਗ ਤੋਂ ਬੜਾ ਬਚਾਅ ਕਰਨਾ ਚਾਹੀਦਾ,
जो कुछ मेरी समझ में आया ना वो ये है कि गुरु की बाणी प्यार नाल पढ़ो, फिर बाणी अपने केंद्र वाल लै जांदी है। मेरी राय सिर्फ इन्नी है कि नाम जपन नाल ही मन की मैल दूर होनी। सतगुरु जी ने लिखा है, सुखी बसै मस्कीनिया आप निवार तले, बड़े बड़े अहंकारिया नानक गर्भ गले। फकीरां कोल गरीबी दी गदा हुंदी है, भाव फकीर कोल निम्रता बहुत वड्डा हथियार हुंदी है। फकीर हरदम साईं दी हजूरी विच वसदा है, ते संसार विच हार चले गुरमुख जग जीता दे अनुसार निमाणा होके दिन कटदा। पर ए गरीबी मस्कीनी निर्माणता ए किते सुरती दा टहना नहीं हैगा। फकीर दी सुरती सगों सदा अरशां कुरशां ते रहिंदी ते रब्बी नूर दे प्रकाश विच तुरदी है। दुनिया दे लोक, दुनिया दे दाना लोक, पंडित मतां देण वाले फकीर नूं समझ नहीं सकदे। इसलिए फकीर सब गल्लां वल्लों मौन हो जांदे ने, चुप कर जांदे ने। किसे दी उस्तत जां निंदा बद सलूकी दा शोक नहीं करदे, किसे नूं उलांभा नहीं देंदे, किसे ते गिला नहीं करदे। लोकां नूं ਇਹ ਪ੍ਰਤੀਤ ਹੁੰਦਾ ਕਿ ਇਹ ਤੇ ਮਸਕੀਨ ਨੇ, ਪਰ ਉਹ ਅਸਲ ਵਿੱਚ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਭਗਤ ਨਾਮਦੇਵ ਨੇ ਆਖਿਆ, ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ। ਹਜ਼ਾਰਾਂ ਖੁਸ਼ੀਆਂ ਦੀ ਇੱਕੋ ਖੁਸ਼ੀ, ਹਜ਼ਾਰਾਂ ਰਸਾਂ ਦਾ ਇੱਕ ਰਸ ਹੈ। ਜਿਸ ਪਿਆਰੇ ਸਾਈਂ ਦੇ ਲੋਕ ਸਦਾ ਪ੍ਰਸੰਨ ਰਹਿੰਦੇ ਨੇ। पर साईं दे बंदे हुंदे इस तरह दे ने, जिन पट अंदर बाहर गुदड़, ते भले संसार, तिन ने लगा रब सेती देखने विचार। रंग हसै रंग रोवै चुप भी कर जाहे, परवाह नाही किसै केरी बाज सच्चे नाहे। ए मूर्ति गुरु नानक दे चरणा दे सच्चे फकीर दी। इस रंग अंदर समाना चाहिए। आठ जाम 64 घरी तो निरखत रह जियो, बाकी संसार दा की है। ये सदा ही दुख देंदा है, इन्हां दे दुख तां सगों मिठे करके चलने चाहिए। इन्हां दुखां दा रोस ना करिए, सगों परमेश्वर वल्लों समझिए। जहांगीर नूं मियां मीर ने कहा, तेरे राज विच ब्रह्म ज्ञानी दी हत्या हुई। जहांगीर हस पिया ते कहन लगा, ब्रह्म ज्ञानी की ते उसदा मेरे अहलकारां तों मारिया जाणा की। मियां मीर कहन लगा, जे ओ चाहुंदा तां तेरी पातशाही फूक देंदा, पर उसने चल लिया। जहांगीर ने आख्या, फिर क्यों बलवान होके तत्ते तवे ते बैठिया ते गर्म रेता पुआया। मियां मीर ने कहा, मैं जाके उसनू इसे रंग विच वेख्या सी ते क्या सी, गुरु जी जे चाहो तां मैं इस दुख दा कुछ उपराला करां, चाहो तां पातशाही डोब दिया। तां गुरु जी ने आख्या, फकीर जी माया दा भुलेखा ना खाओ, ये जो हो रहा मेरे प्रीतम दे पाने विच हो रहा, उसनू पता है। वो चाहे तो इस हुणे दूर कर देवे, पर जे वो दूर नहीं करता तो फिर उसकी रजा है, तो मैं उसकी रजा विच प्रसन्न। ये गल सुन के जहांगीर दियां अखां भर आईं ते देर तक रोंदा रहा। इसे करके उसने बाद विच चंदू ते नवाब नूं सजा दित्ती सी। जिहड़ा गुरु दा दुख चलना एक पापी दे सजा चलन वांग नहीं सी।
गुरु जी साईं दी हजूरी विच ब्रह्म ज्ञान दे रंग विच चढ़दियां कलां विच सन। ओ खुशी विच प्यारे दा प्यार समझ के दुख झलदे सन। ਇਹ ਦੁੱਖ ਕੋਈ ਇਹੋ ਜਿਹੀ ਚੀਜ਼ ਨਹੀਂ ਸੀ ਕਿ ਗੁਰੂ ਦੇ ਵਾਹਿਗੁਰੂ ਦੇ ਚਰਨਾਂ ਦੇ ਪ੍ਰੇਮੀ ਦੀ ਸੁਰਤੀ ਨੂੰ ਹੇਠਾਂ ਲਿਆ ਸਕੇ। ਉਹ ਤੇ ਹਰ ਤੰਗੀ, ਹਰ ਮੁਸ਼ਕਲ, ਹਰ ਔਕੜ ਨੂੰ ਪਿਆਰੇ ਵੱਲੋਂ ਜਾਣ ਕੇ ਇਹ ਮੰਗਦੇ ਨੇ, ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਕਾਸ਼ ਕਿਤੇ ਦੁਨੀਆਂ ਦੇ ਲੋਕਾਂ ਨੂੰ ਅਕਲ ਆ ਜਾਏ ਕਿ ਸਾਈਂ ਦੇ ਫਕੀਰਾਂ ਨੂੰ ਦੁਖੀ ਨਹੀਂ ਕਰੀਦਾ, ਤਾਂ ਕਿ ਐਵੇਂ ਆਪਣੇ ਸਿਰ ਤੇ ਪਾਪਾਂ ਦਾ ਹੋਰ ਬੋਝ ਨਾ ਚੁੱਕੀਏ। ਪਰ ਜੇ ਸਮਝ ਨਹੀਂ ਵੀ ਆਉਂਦੀ ਤਾਂ ਫਕੀਰਾਂ ਦਾ ਜਰਨ ਵਾਲਾ ਸੁਭਾਅ ਤੇ ਨਾਮ ਦਾ ਰੰਗ ਕਿਉਂ ਉਤਰੇ? ਚੰਦਰ ਨੂੰ ਜੇ ਕੁਹਾੜੇ ਵੱਜਣ ਤਾਂ ਖੁਸ਼ਬੋ ਦੇਣ ਦੀ ਆਪਣੀ ਆਦਤ ਕਿਉਂ ਤਿਆਗੇ? ਕੁਹਾੜੇ ਨਾਲ ਵੀ ਲੜੇ ਨਾ ਤੇ ਆਪਣੀ ਖੁਸ਼ਬੋ ਵੀ ਨਾ ਛੱਡੇ। ਦੁਨੀਆਂ ਦਾ ਕੋਈ ਸਲੂਕ ਸਾਡੀ ਸੁਰਤੀ ਨੂੰ ਨੀਵਾਂ ਨਾ ਕਰੇ। ਚੇਤਾ ਰਹੇ ਨਾਨਕ ਦੁਨੀਆਂ ਪਸ ਰੰਗ, ਪਸੂ ਹੂੰ ਪਸ ਖੇ। ਜਾਂ ਫਿਰ ਨਾਨਕ ਦੁਨੀਆਂ ਕੈਸੀ ਹੋਈ, ਸਾਲੁਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਇਹ ਨਕਸ਼ੇ ਦੁਨੀਆਂਦਾਰਾਂ ਦੇ ਵੇਖ ਕੇ ਮੂਰਖ ਤੇ ਵਿਦਵਾਨ ਨਿਰਾਸ਼ ਹੋ ਜਾਂਦੇ ਨੇ। ਛੇ ਸ਼ਾਸਤਰ ਇਸੇ ਨਿਰਾਸ਼ਤਾ ਵਿੱਚ ਲਿਖੇ ਗਏ ਤੇ ਸੰਸਾਰ ਤੋਂ ਭੱਜ ਜਾਣਾ ਸਿਖਾ ਗਏ। ਸਾਈਂ ਦੀ ਹਜ਼ੂਰੀ ਵਿੱਚ ਵਸਣ ਵਾਲੇ ਦੁਨੀਆਂ ਦਾ ਇਹ ਦੁਖੀ ਕਰਨ ਵਾਲਾ ਰੰਗ ਵੀ ਵੇਖ ਕੇ ਸਗੋਂ ਪਿਆਰੇ ਦੇ ਪਿਆਰ ਵਿੱਚ ਤਗੜੇ ਰਹਿੰਦੇ ਨੇ, ਹੋਰ ਉੱਚੇ ਹੁੰਦੇ ਨੇ, ਚੜ੍ਹਦੀਆਂ ਕਲਾਂ ਵਿੱਚ ਵਸਦੇ ਨੇ ਤੇ ਕਦੇ ਨਾ ਮਰਨ ਵਾਲੇ ਪਰਮੇਸ਼ਰ ਦੇ ਪ੍ਰੇਮ ਵਿੱਚ ਉਤਸ਼ਾਹਿਤ ਹੋ ਕੇ ਸਿਮਰਨ ਦੇ ਚਾਅ ਵਿੱਚ ਸਗੋਂ ਪ੍ਰਸੰਨ ਹੁੰਦੇ ਨੇ। ਫਕੀਰੀ ਲੱਗੇ ਰਹਿਣ, ਰਸ ਵਿੱਚ ਰਹਿਣ ਦਾ ਨਾਂ ਹੈ। ਉਦਾਸ ਹੋ ਜਾਣਾ, ਢਹਿ ਜਾਣਾ, ਨਿਰਾਸ਼ ਹੋ ਜਾਣਾ ਇਹ ਫਕੀਰੀ ਨਹੀਂ। ਹਾਂ, ਅੰਦਰੋਂ ਸਿਮਰਨ ਵਿੱਚ, ਪ੍ਰਭਾ ਨੂੰ ਸ਼ਾਂਤ ਨਿਮਾਣੇ ਰੰਗ ਵਿੱਚ ਬੇਜ਼ਾਰ ਜੀਵਨ ਕੱਟਣਾ। ਨੀਚੇ ਲੋਇਨ ਕਰ ਰਹੋ ਲੇ ਸਾਜਨ ਕਟਮਾ ਹੈ, ਸਭ ਰਸ ਖੇਲੋ ਪੀ ਸਿਉ ਕਿਸੀ ਲਿਖਾਵੋ ਨਾ ਹੈ। ਹਰ ਵੇਲੇ ਦੁਨੀਆਂ ਦੇ ਹਰ ਪ੍ਰਕਾਰ ਦੇ ਸਲੂਕਾਂ ਤੋਂ ਅਤੇ ਹਰ ਤਰ੍ਹਾਂ ਦੇ ਲੋਕਾਂ ਦੇ ਵਰਤੋਂ ਵਿਹਾਰ ਤੋਂ, ਲੋਕਾਂ ਦੇ ਦਿਲ ਦੁਖਾਵੇਂ ਵਾਕਾਂ ਤੋਂ ਬੇਅਸਰ ਰਹਿਣਾ, ਕਿਸੇ ਗੱਲੋਂ ਸੁਰਤੀ ਹੇਠਾਂ ਨਾ ਡਿੱਗਣ ਦੇਣੀ। ਅੰਦਰ ਜੋਤ ਜਗੇ ਤੇ ਬਾਹਰੋਂ ਭਾਵੇਂ ਹਨੇਰੀ ਰਾਤ ਦਿਸੇ, ਅੰਦਰੋਂ ਮਾਲਾਮਾਲ ਹੋਵੇ ਤੇ ਬਾਹਰੋਂ ਭਾਵੇਂ ਕੰਗਾਲ ਦਿਸੇ, ਅੰਦਰ ਚੜ੍ਹਦੀਆਂ ਕਲਾਂ ਹੋਣ ਤੇ ਬਾਹਰੋਂ ਮਸਕੀਨ ਹੋਵੇ, ਅੰਦਰੋਂ ਕਲਗੀ ਵਾਲੇ ਨਾਲ ਗੱਲਾਂ ਹੋਣ ਤੇ ਬਾਹਰ ਥੋੜਾ ਤੇ ਮਿੱਠਾ ਬੋਲ ਹੋਵੇ, ਅੰਦਰੋਂ ਸ਼ਹਿਨਸ਼ਾਹ ਤੇ ਬਾਹਰੋਂ ਧੀਰਜ ਵਾਲਾ ਤੇ ਚੱਲਣ ਵਾਲਾ ਹੋਵੇ। ਸੋ ਤਕੜੇ ਹੋਵੋ। ਇਹ ਸਰੀਰ ਤੇ ਐਵੇਂ ਕੁਝ ਦਿਨਾਂ ਦੀ ਗੱਲ ਹੈ, ਜਿੰਨਾ ਸਮਾਂ ਮਿਲਿਆ ਹੈ ਉਹ ਅਸੀਂ ਵਿਅਰਥ ਨਾ ਜਾਣ ਦਈਏ। ਜਦੋਂ ਅਸੀਂ ਕੁਝ ਛਿਨ ਸੰਭਾਲਦੇ ਹਾਂ ਨਾ ਤਾਂ ਸਮਝੋ ਤਿੰਨੇ ਕਾਲ ਸੰਭਾਲੇ ਗਏ, ਕਿਉਂਕਿ ਹੁਣ ਦੀ ਛਿਨ ਹੀ ਕੁਝ ਸਮੇਂ ਬਾਅਦ ਬੀਤ ਗਿਆ ਸਮਾਂ ਬਣ ਜਾਏਗੀ ਤੇ ਆਉਣ ਵਾਲਾ ਸਮਾਂ ਛਿਨ ਛਿਨ ਕਰਕੇ ਸਾਡੇ ਕੋਲ ਹਾਜ਼ਰ ਹੋਵੇਗਾ। ਜੇ ਅਸੀਂ ਹਾਜ਼ਰ ਦੇ ਸਮੇਂ ਨੂੰ ਭਾਵ ਹੁਣ ਦੇ ਸਮੇਂ ਨੂੰ, ਹੁਣ ਵਾਲੇ ਪਲ ਨੂੰ ਸੰਭਾਲ ਲਿਆ ਤਾਂ ਤਿੰਨੇ ਕਾਲ ਸੰਭਾਲੇਗਾ। ਬਸ ਹੁਣ ਤੇ ਕਾਲ ਨੂੰ ਸੰਭਾਲਣ ਦੀ ਫਿਕਰ ਵਿੱਚ ਫਕੀਰ ਹੁੰਦਾ, ਇਸ ਲਈ ਉਸਦੇ ਸਿਮਰਨ ਵਿੱਚ ਰਸ ਅਮਰ ਜੀਵਨ ਦੀ ਅਵਸਥਾ ਵਿੱਚ। ਕਾਲ ਉਸਨੇ ਜਿੱਤ ਲਿਆ, ਮੌਤ ਉੱਤੇ ਫਤਿਹ ਪਾ ਲਈ। ਉਹ ਕਿਉਂ
ਕਦੇ ਆਪਣੇ ਇਸ ਅਮਰ ਜੀਨ ਜਾਂ ਹਯਾਤ ਅਬਦੀ ਤੋਂ ਬਾਹਰ ਆਉਂਦਾ? ਕੌਣ ਕਦੇ ਕੋਈ ਹੀਰਿਆਂ ਨੂੰ ਕੌਡੀਆਂ ਦੇ ਭਾਅ ਥੋੜਾ ਵੇਚਦਾ? ਮਹਾਤਮਾ ਬੁੱਧ ਨੇ ਅਮਰ ਜੀਵਨ ਵਾਸਤੇ 50 ਵਰੇ ਕਸ਼ਟ ਭੋਗਿਆ ਤੇ ਅੱਗੋਂ ਅਸ਼ਟਾਂਗ ਮਾਰਗ ਕਸ਼ਟਾਂ ਵਾਲਾ ਸਿਖਾਇਆ। ਯੋਗ ਨੇ ਵੀ ਕਸ਼ਟ ਭਰਿਆ ਅਸ਼ਟਾਂਗ ਯੋਗ ਸਿਖਾਇਆ, ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਕਿਰਪਾ ਕਰਕੇ ਸਮਝਾਇਆ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਪਉ ਗਿਆ ਜੀਵਨ ਪਦਵੀ ਪਾਏ। ਹਰ ਛੇਨ ਨੂੰ ਸੰਭਾਲਣ ਵਾਲਾ ਜੀਵਨ ਪਦਵੀ ਤੇ ਪਹੁੰਚ ਗਿਆ। ਹਾਂ, ਇਹ ਕੋਈ ਮਖੌਲ ਨਹੀਂ, ਇਹ ਤੇ ਇੱਕ ਅਵਸਥਾ ਹੈ, ਮਰਤਬਾ, ਉੱਚ ਅਵਸਥਾ। ਇਸ ਲਈ ਗੁਰੂ ਨੇ ਆਖਿਆ ਸੀ ਨਾ, ਨਾਨਕ ਇਹ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜ਼ਾਏ। ਇਹ ਰਾਮ ਰਾਜ ਹੈ। ਭਗਤ ਕਬੀਰ ਇਸੇ ਰਾਮ ਰਾਜ ਨੂੰ ਤਰਸਦੇ ਨੇ। ਇਸ ਰਾਜ ਨੂੰ ਪਾ ਕੇ, ਜੀ ਦਾਨ ਪਾ ਕੇ, ਜੀਵਨ ਪਾਤੇ ਬਿਰਾਜ ਕੇ, ਫਿਰ ਜੇ ਅੱਠੇ ਪੈਰ ਆਨੰਦ ਨਾ ਰਵੇ ਤਾਂ ਕੀ ਹਾਸਲ ਕੀਤਾ? ਵਾਹ ਵਾਹ, ਇਹ ਫਕੀਰ ਦਾ ਰਾਜ ਹੈ, ਇਹ ਫਤਿਹ ਹੈ, ਸਲਤਨਤ ਹੈ। ਇਹ ਰਾਜ ਪਾ ਕੇ ਵੀ ਪੱਟ ਅੰਦਰ ਤੇ ਬਾਹਰ ਗੁੱਦੜ ਹੈ, ਲੋਕਾਂ ਨਾਲ ਕੀ? ਜਿਵੇਂ ਬੁੱਲੇ ਨੇ ਆਖਿਆ ਸੀ ਨਾ, ਬੁੱਲਿਆ ਲੋਕੀ ਤੈਨੂੰ ਕਾਫਰ ਕਾਫਰ ਆਖਣ ਤੇ ਤੂੰ ਆਹੋ ਆਹੋ ਕਰਿਆ ਕਰ। ਦੁਨੀਆਂ ਸੱਚੀ ਹੈ ਕਿਉਂਕਿ ਉਹਨਾਂ ਕੋਲ ਵੇਖਣ ਵਾਲੀਆਂ ਅੱਖਾਂ ਨਹੀਂ, ਉਹ ਕਿਵੇਂ ਵੇਖ ਸਕਦੇ ਨੇ? ਪਰ ਫਕੀਰ ਨੂੰ ਤੇ ਸਾਈਂ ਅੱਖਾਂ ਦੇ ਦਿੰਦੇ। ਅੱਖਾਂ ਵਾਲਾ ਅੰਨਿਆਂ ਨਾਲ ਕਿਉਂ ਐਵੇਂ ਕਸਰਦਾ? ਉਸ ਦੇ ਅੰਦਰ ਆਪਣੇ ਦੁਖੀਆਂ ਲਈ, ਆਪਣੇ ਕਾਤਲਾਂ ਲਈ ਜਾਂ ਵੈਰੀਆਂ ਲਈ ਵੀ ਤਰਸ ਵਸਦਾ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਂਗ ਕਤਲ ਹੋਣ ਲੱਗੇ ਵੀ ਔਰੰਗਜ਼ੇਬ ਲਈ ਅਰਦਾਸ ਕਰਦੇ ਨੇ, ਕਿਉਂਕਿ ਉਹ ਜਾਣਦੇ ਨੇ ਕਿ ਇਹ ਕਾਤਲ ਸਾਡੇ ਰਾਜ਼ ਦੇ ਮਹਿਰਮ ਨਹੀਂ। ਸੋ ਤੱਕੋ ਤੇ ਤਕੜਿਓ, ਸਿਮਰਨ ਜਾਰੀ ਹੈ, ਸ਼ੁਕਰ ਹੈ, ਖੇੜਾ ਵਧਾਓ, ਉੱਚੇ ਰਵੋ, ਸਾਈਂ ਦੇ ਨੈਣਾਂ ਨਾਲ ਨੈਣ ਜੋੜ ਕੇ ਇਕਦਮ ਹਜ਼ੂਰੀ ਵਿੱਚੋਂ ਬਾਹਰ ਨਾ ਆਓ। ਦੁੱਖ ਘਣੋ ਜਬ ਹੋਤੇ ਦੂਰ, ਅਬ ਮਸਲਤ ਮੋਹੇ ਮਿਲੀ ਹਦੂਰ। ਬਸ ਸੁਖ ਇਸ ਗੱਲ ਵਿੱਚ, ਤੂੰ ਭਰਪੂਰ ਜਾਣਿਆ ਮੈਂ ਦੂਰ। ਉਸ ਨੂੰ ਹਜ਼ੂਰ ਜਾਣੋ, ਹਜ਼ੂਰੀ ਵਿੱਚ ਵਸੋ, ਅਰਸ਼ੀ ਪੰਗੂੜੇ ਝੂਟੋ, ਮਸਕੀਨੀ ਵਿੱਚ ਪਾਤਸ਼ਾਹੀ ਭੋਗੋ। ਮੇਰਾ ਕਲਗੀਆਂ ਵਾਲਾ ਮਸਕੀਨਾਂ ਦੇ ਨਾਲ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਗੁਰੂ ਨਾਨਕ ਮਸਕੀਨੀ ਦਾ ਬੇਲੀ ਹੈ, ਪਰ ਸਿਮਰਨ ਵਾਲੇ ਮਸਕੀਨ ਦਾ। ਸੱਚ ਜਾਣੋ, ਗੁਰੂ ਤੁਹਾਡੇ ਅੰਗ ਸੰਗ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਖੁਸ਼ ਰਹੋ ਤੇ ਸਿਮਰੋ, ਗੁਰੂ ਨਾਲ ਏ, ਗੁਰੂ ਰੱਖ ਹੈ, ਗੁਰੂ ਬੇਲੀ ਏ, ਗੁਰੂ ਆਪਣੇ, ਗੁਰੂ ਪਿਤਾ, ਗੁਰੂ ਮਾਤਾ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਧੰਨ ਗੁਰੂ ਨਾਨਕ ਮੇਰਾ ਸੰਗੀ, ਧੰਨ ਗੁਰੂ ਨਾਨਕ ਮੇਰਾ ਆਪਣਾ, ਧੰਨ ਗੁਰੂ ਨਾਨਕ। ਸ਼ੁਕਰ ਸ਼ੁਕਰ ਕਰਿਆ ਕਰੋ। ਤੁਹਾਡੀ ਚਿੱਠੀ ਮਿਲੀ, ਜੋ ਤੁਸਾਂ ਲਿਖਿਆ ਉਹ ਕੁਝ ਪੜ੍ਹ ਕੇ ਨਾ ਤੇ ਮੈਨੂੰ ਦੁੱਖ ਹੋਇਆ ਤੇ ਨਾ ਹੈਰਾਨੀ। ਦਰਅਸਲ ਸੰਸਾਰ ਵਿੱਚ ਬੁਰਾਈ ਬਹੁਤ ਹੈ। ਜਦੋਂ ਅਸੀਂ ਕਿਤੇ ਆਸ ਰੱਖੀਏ ਤੇ ਨਿਕਲੇ ਆਸ ਦੇ ਉਲਟ, ਤਾਂ ਫਿਰ ਦਿਲ ਉਦਾਸ ਹੋ ਜਾਂਦਾ। ਪਰ ਇਹ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ। ਆਪਣੀ ਆਸ ਪੂਰੀ ਨਾ ਹੋਣ ਕਰਕੇ ਸਾਡਾ ਦਿਲ ਟੁੱਟ ਜਾਂਦਾ।
ਅਸੀਂ ਵੱਧ ਮਿਹਨਤ ਵਾਲਾ ਕੰਮ ਵੇਖ ਕੇ ਜੀ ਚੁਰਾਉਣੇ ਆ, ਜਿਸ ਕਰਕੇ ਅਸੀਂ ਧਿਕਾਰ ਦੇਣਾ ਦਾਰੂ ਸਮਝਦੇ ਹਾਂ, ਜਾਂ ਸਖਤੀ ਅਤੇ ਕਠੋਰਤਾ ਸਜ਼ਾ ਦੀ ਸ਼ਕਲ ਵਿੱਚ ਦੇ ਕੇ ਸੁਧਾਰ ਦਾ ਪ੍ਰਬੰਧ ਕਰਨੇ। ਪਰ ਇਸ ਤੋਂ ਵੀ ਨਿਰਾਸ਼ ਹੋ ਕੇ ਖਿਹੜਾ ਛੁਡਾਉਣ ਦੇ ਉਪਰਾਲੇ ਵਿੱਚ ਪੈ ਜਾਂਦੇ ਹਾਂ। ਇਹ ਪ੍ਰੇਮੀਆਂ ਵਾਲੇ ਪ੍ਰੇਮ ਦੇ ਵਰਤਾਓ ਤੋਂ ਉਲਟ ਹੈ। ਅਸੀਂ ਕਮਜ਼ੋਰ ਰੂਹ ਹਾਂ, ਜੇ ਅਸੀਂ ਚਾਰ ਕਦਮ ਤੁਰ ਪਏ ਤਾਂ ਸਾਥੀਆਂ ਲਈ ਤੇ ਅਸੀਂ ਸਗੋਂ ਮਦਦਗਾਰ ਹੋਣੇ ਚਾਹੀਦੇ ਹਾਂ। ਅਭਾਗ ਹੈ ਜਿਸ ਦੀ ਆਤਮਾ ਵਿੱਚ ਪਿਆਰ ਦੀ ਰਾਓ ਤੇ ਸਤਿਕਾਰ ਦਾ ਵਲਵਲਾ ਆਪਣੇ ਸਤਸੰਗੀ ਪਤੀ ਲਈ ਪੈਦਾ ਨਹੀਂ ਹੁੰਦਾ। ਉਸਦਾ ਕਾਰਨ ਉਸਦੀ ਕਮਜ਼ੋਰੀ, ਤੇ ਕਮਜ਼ੋਰੀ ਸਦਾ ਤਰਸਯੋਗ ਹਾਲਤ ਹੁੰਦੀ ਹੈ। ਉਸਦੀ ਤਾਲੀਮ ਅੱਛੀ ਨਹੀਂ ਹੋਈ ਹੋਣੀ। ਸ਼ੋਕ ਹੈ ਕਿ ਨਵੀਨ ਵਿਦਿਆ ਦੇ ਆਸ਼ਰਮਾਂ ਵਿੱਚ, ਭਾਵ ਸਕੂਲਾਂ ਜਾਂ ਕਾਲਜਾਂ ਵਿੱਚ, ਇਸਤਰੀਆਂ ਨੂੰ ਹੱਕ ਹਕੂਕ ਜਾਂ ਦਸਤਕਾਰੀ ਤੇ ਸਿਖਾਈ ਜਾਂਦੀ ਹੈ, ਪਰ ਸਹਿਨਸ਼ੀਲਤਾ, ਪਿਆਰ, ਉਪਕਾਰ, ਨਿਮਰਤਾ ਜਾਂ ਆਦਰ ਨਹੀਂ ਸਿਖਾਇਆ ਜਾਂਦਾ। ਘਰ ਵਿੱਚ ਸਖਤੀ ਕਰਕੇ ਝੂਠ ਤੇ ਕਪਟ ਸਿਖਾਇਆ ਜਾਂਦਾ। ਇਹ ਸਾਰਾ ਕੁਝ ਉਸ ਨਿਤਾਣੀ ਰੂਹ ਦੀ ਇਸ ਹਾਲਤ ਦਾ ਜ਼ਿੰਮੇਵਾਰ ਹੈ, ਜਿਸ ਕਰਕੇ ਉਸ ਦੀ ਲਗਾਤਾਰ ਤੁਹਾਡੇ ਤੋਂ ਦੂਰੀ ਰਹੀ ਤੇ ਉਹਨਾਂ ਨੂੰ ਸਤਸੰਗ ਵਿੱਚ ਆ ਕੇ ਸੁਧਰਨ ਦਾ ਸਮਾਂ ਨਹੀਂ ਮਿਲਿਆ। ਇਹ ਸੋਚ ਕੇ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਇਸ ਲਈ ਉਹਨਾਂ ਦੇ ਵੀ ਭਲੇ ਲਈ ਅਰਦਾਸ ਕਰੋ ਤੇ ਉੱਦਮ ਕਰੋ। ਸਿਆਣੇ ਆਖਦੇ ਨੇ, ਜੇ ਅਮੀਰੀ ਵੇਲੇ ਦੀ ਕਮਾਈ ਜ਼ਰਾ ਸਿਆਣਪ ਨਾਲ ਵਰਤੀ ਜਾਏ ਤਾਂ ਗਰੀਬੀ ਦੇ ਸਮੇਂ ਤਕਲੀਫ ਘੱਟ ਹੁੰਦੀ ਹੈ। ਦਰਅਸਲ ਘਾਟੇ ਦੇ ਤਿੰਨ ਕਾਰਨ ਨੇ। ਪਿਛਲੇ ਜਨਮਾਂ ਦੇ ਗੇੜ ਆ ਜਾਂਦੇ ਨੇ, ਜਿਹੜੇ ਚੜ੍ਹੀ ਸੁਰਤ ਨੂੰ ਅਕਾਰਨ ਹੇਠਾਂ ਲੈ ਜਾਂਦੇ ਨੇ। ਦੂਸਰਾ, ਪੰਜਾਂ ਵਿਕਾਰਾਂ ਦੇ ਵੱਸ ਹੋ ਕੇ ਜਾਂ ਕਿਸੇ ਇੱਕ ਵਿਕਾਰ ਦੇ ਵੱਸ ਹੋ ਕੇ ਉਹਨਾਂ ਦੇ ਭੜਕਾਅ ਵਿੱਚ ਆ ਗਿਆ ਸੁਰਤ ਹੇਠਾਂ ਆ ਜਾਂਦੀ, ਭਾਵ ਕੁਸੰਗ ਕੀਤਿਆਂ। ਤੇ ਤੀਸਰਾ, ਜੇ ਕਿਸੇ ਪਾਪੀ ਦੇ ਦਿਲ ਨੂੰ ਆਪਣੇ ਪਿਆਰ ਵਿੱਚ ਲੈ ਆਈਏ, ਭਾਵ ਕਿਸੇ ਮਾੜੇ ਜੀਵਨ ਵਾਲੇ ਬੰਦੇ ਨੂੰ ਪਿਆਰ ਕਰੀਏ, ਤਾਂ ਉਸ ਦੇ ਮਨ ਦੀ ਮੈਲ ਸਾਡੀ ਸੁਰਤੀ ਨੂੰ ਹੇਠਾਂ ਲੈ ਜਾਏਗੀ। ਹੁਣ ਇਸ ਦਾ ਇਲਾਜ ਇਹ ਹੈ, ਪਹਿਲੀ ਗੱਲ, ਗੁਰੂ ਦਾ ਧਿਆਨ ਤੇ ਉਚਾਰਨ, ਨਾਮ ਦਾ ਉਚਾਰਨ ਹੋਰ ਤਿੱਖਾ ਤੇਜ਼ ਕਰਨਾ। ਦੂਸਰਾ, ਇਸ਼ਨਾਨ ਕਰਨਾ, ਮਾਲਿਸ਼ ਕਰਨੀ, ਕੱਪੜੇ ਬਦਲਣੇ, ਇਕਾਂਤ ਵਿੱਚ ਜਾ ਕੇ ਗੱਜ ਵੱਜ ਕੇ ਬਾਣੀ ਪੜ੍ਹਨੀ, ਅਰਦਾਸ ਕਰਨੀ, ਕਿਸੇ ਚੰਗੇ ਸਤਸੰਗੀ ਦੇ ਦਰਸ਼ਨ ਕਰਨੇ ਤੇ ਕੁਸੰਗ ਦਾ ਤਿਆਗ ਕਰਨਾ। ਤੇ ਤੀਸਰਾ, ਆਪਣੇ ਮਨ ਨੂੰ ਆਪਣੇ ਤੋਂ ਚੰਗੇ ਜੀਵਨ ਵਾਲੇ ਦਿਲ ਨਾਲ ਰਗੜਨਾ ਚਾਹੀਦਾ। ਪਰ ਇਸ ਤੋਂ ਪਹਿਲਾਂ ਗੁਰਬਾਣੀ ਦਾ ਰਟਨ ਤੇ ਪਾਠ, ਇਹ ਗੇੜਾ ਹੋਰ ਤੇਜ਼ ਕਰਨਾ ਚਾਹੀਦਾ। ਉਤਰਾਅ ਤੇ ਚਹਾੜ ਚੜਾ ਵਾਰੋ ਵਾਰੀ ਆਉਂਦੇ ਨੇ। ਜੇ ਨੀਅਤ ਰਾਸ ਹੋਵੇ ਤੇ ਸਤਸੰਗ ਹੋਵੇ ਤਾਂ ਹਰ ਉਤਰਾਈ ਤੋਂ ਬਾਅਦ ਸਗੋਂ ਚੜ੍ਹਾਈ ਆਵੇਗੀ, ਭਾਵ ਹਰ ਘਾਟੇ ਤੋਂ ਬਾਅਦ ਲਾਭ ਹੋਵੇਗਾ। ਖੁਸ਼ੀ ਨੂੰ ਜਰਨਾ ਕਠਿਨ ਹੁੰਦਾ, ਅਜਰ ਵਸਤੂ ਜਰੀ ਨਹੀਂ ਜਾਂਦੀ, ਜਿਵੇਂ ਹੀ ਕੋਈ ਭੁੱਲ ਕੀਤੀ ਫਿਰ ਗਿਰਾਵਟ ਆਉਂਦੀ ਹੈ। ਹਾਂ, ਉਹ ਗਿਰਾਵਟ ਸਗੋਂ ਜਰਨ ਦੀ ਜਾਚ ਦੱਸ ਕੇ ਲੰਘ ਜਾਂਦੀ। ਇਸ ਤਰ੍ਹਾਂ ਆਦਮੀ ਤੁਰਨਾ ਸਿੱਖਦਾ ਤੇ ਉੱਨਤ ਹੁੰਦਾ।
ਕਦੇ ਕਦੇ ਦੇਵ ਜਨਾਂ ਨੂੰ ਲੋੜ ਪੈਂਦੀ ਹੈ ਕਿ ਸਾਡੀ ਮਤ ਟਿਕਾਣੇ ਰੱਖਣ ਲਈ ਸਾਡੇ ਵਿੱਤ ਮੁਤਾਬਕ ਸਹਿਜੇ ਸਹਿਜੇ ਉਹ ਪੱਚਵੀਂ ਤਰੱਕੀ ਕਰਨ ਦੇਣ। ਜਦੋਂ ਸੁਰਤ ਡਿੱਗੇ ਤਾਂ ਦਿਲ ਹਾਰਨਾ ਚੰਗਾ ਨਹੀਂ ਹੁੰਦਾ, ਉਦੋਂ ਤੇ ਯੁੱਧ ਦਾ ਵੇਲਾ ਆਉਂਦਾ, ਮਾਨੋ ਵਿਕਾਰਾਂ ਦੇ ਰਾਖੇ ਸਾਡੇ ਅੰਦਰ ਆ ਵੜੇ ਨੇ। ਹੁਣ ਤੇ ਵੇਲਾ ਜੰਗ ਦਾ, ਦਵਾ ਦਵ ਤੋਪਖਾਨਾ ਬੀੜ ਕੇ ਗੋਲੇ ਚਲਾਈ ਜਾਓ, ਵਾਤ ਵੱਜਣ ਟੰਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ। ਹੋਰ ਵਧੀਕ ਜ਼ੋਰ ਨਾਲ ਗੇੜ ਚੱਲੇ। ਇਸ ਵੇਲੇ ਨਾਮ ਲੈਣਾ ਸਮਝੋ ਕਿ ਰਾਕਸ਼ਾਂ ਉੱਤੇ ਗੋਲਾਬਾਰੀ ਕਰਨੀ। ਅਖੀਰ ਫਤਿਹ ਤੁਹਾਡੀ ਹੋਵੇਗੀ। ਇਹ ਖਾਲਸਾ ਰੋਜ਼ ਇਸੇ ਗੱਲ ਨੂੰ ਫਤਿਹ ਆਖਦਾ। ਜਦੋਂ ਫਤਿਹ ਪਾ ਲਈ, ਰਾਕਸ਼ ਖਤਮ ਹੋ ਗਏ, ਫਿਰ ਤੇ ਹੌਲੇ ਫੁੱਲ ਆਨੰਦ ਤੇ ਚੜ੍ਹਦੀਆਂ ਕਲਾਂ ਆ ਜਾਣਗੀਆਂ। ਇਸ ਦਸ਼ਾ ਵਿੱਚ ਜਿਹੜਾ ਨਾਮ ਜਪਣਾ ਹੈ, ਸੋ ਨਾਮ ਦਾ ਰਸ ਲੈਣਾ। ਇਸ ਵੇਲੇ ਦਾ ਜਪ ਬ੍ਰਹਮ ਆਨੰਦ ਹੈ, ਰਾਮ ਰਸ ਸੁਖ ਫਲ ਹੈ। ਭਲਾ ਜੇ ਕਿਸੇ ਮਾਂ ਦਾ ਪੁੱਤਰ ਗਵਾਚ ਜਾਏ ਉਸਦਾ ਕੀ ਹਾਲ ਹੁੰਦਾ? ਜੇ ਨਾਮ ਦੇ ਭੁੱਲਿਆਂ ਸਾਡਾ ਇਹ ਹਾਲ ਨਹੀਂ ਹੁੰਦਾ ਤੇ ਫਿਰ ਨਾਮ ਨਾਲ ਕੀ ਪਿਆਰ ਹੋਇਆ? ਜੇ ਪਿਆਰ ਹੋਵੇ ਤਾਂ ਦੁਨੀਆਂ ਦੀ ਕੋਈ ਚੀਜ਼ ਚੰਗੀ ਨਾ ਲੱਗੇ ਜਦੋਂ ਤੱਕ ਨਾਮ ਵਾਲਾ ਚਰਖਾ ਚੱਲਣਾ ਪਵੇ। ਸੋ ਪੁੱਤਰ, ਜਨਮ ਸਫਲ ਕਰੋ, ਸਵਾਸਾਂ ਨੂੰ ਵਿਅਰਥ ਨਾ ਗਵਾਓ, ਵਾਹਿਗੁਰੂ ਜੀ ਨਾਲ ਪੀੜੀ ਗੰਢ ਪਾਓ। ਨਾਮ ਦਾ ਲੱਗਣਾ ਮੁੱਦਤਾਂ ਤੱਕ ਨਿਭਣਾ ਹੁੰਦਾ, ਇਹ ਸਵਾਸ ਮੁੜ ਕੇ ਨਹੀਂ ਲੱਭਣੇ। ਸਰਦਾਰੀਆਂ ਅਮੀਰੀਆਂ ਭਾਈਚਾਰਿਆਂ ਨੇ ਨਾਲ ਨਹੀਂ ਜਾਣਾ, ਉੱਥੇ ਕੇਵਲ ਨਾਮ ਜਾਏਗਾ। ਅੱਜ ਜ਼ਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰੋ, ਰਾਗ ਵਡਹੰਸ ਕੱਢੋ ਤੇ ਵਾਰ 14ਵੀਂ 16ਵੀਂ 17ਵੀਂ ਤੇ 21ਵੀਂ ਪੌੜੀ ਪੜ੍ਹੋ। ਮੇਰੇ ਨਾਲ ਨਾਰਾਜ਼ ਨਹੀਂ ਹੋਣਾ, ਇਹ ਸੱਚਾ ਪਿਆਰ ਹੈ ਜੋ ਮੈਂ ਆਪਣਾ ਆਪਾ ਵਾਰ ਕੇ ਵੀ ਤੁਹਾਡੇ ਨਾਲ ਕਰਨਾ। ਨਾਮ ਗਵਾਚੇ ਤਾਂ ਹੌਕਾ ਭਰੋ, ਰੋਵੋ, ਫਿਰ ਲੱਗ ਪਵੋ ਤੇ ਤੁਰੰਤ ਲੱਗ ਪਵੋ। ਹੁਣ ਸਾਡੇ ਕੋਲ ਕੋਈ ਬਹਾਨਾ ਨਹੀਂ ਕਿ ਅਸੀਂ ਗੁਰੂ ਅੱਗੇ ਪੇਸ਼ ਕਰ ਸਕੀਏ ਕਿ ਮੈਂ ਇਸ ਕਰਕੇ ਨਾਮ ਨਹੀਂ ਜਪ ਸਕਦਾ। ਸਤਿਗੁਰੂ ਜੀ ਨੇ ਸਿਹਤ, ਪਦਾਰਥ, ਇੱਜ਼ਤ, ਵੇਲ ਤੇ ਸੁਖ ਬਖਸ਼ ਦਿੱਤੇ ਨੇ, ਉਹਨਾਂ ਨੇ ਆਪਣਾ ਫਰਜ਼ ਪੂਰੀ ਮਿਹਰ ਨਾਲ ਨਿਭਾ ਦਿੱਤਾ। ਹੁਣ ਸਤਿਗੁਰੂ ਦੇ ਨਾਲ ਨਿਭਣ ਦੀ ਵਾਰੀ ਤੁਹਾਡੀ। ਜੇ ਇਸ ਵੇਲ ਖੁੱਲ੍ਹੇ ਜੰਗਲ ਇਕਾਂਤ ਉਲਝਣਾ ਤੋਂ ਵੇਲ ਪਾ ਕੇ ਵੀ ਸਿਮਰਨ ਨਾ ਕਰੋ, ਟੁੱਟ ਕੇ ਸਿਮਰਨ ਵਿੱਚ ਨਾ ਲੱਗੋ, ਸਿਮਰਨ ਨਾਲ ਆਸ਼ਕੀ ਨਾ ਕਮਾਓ, ਤਾਂ ਗੁਰੂ ਦੇ ਨਾਲ ਪਿਆਰ ਦੀ ਬਾਜ਼ੀ ਹਾਰਨ ਦਾ ਡਰ। ਵੇਖੋ, ਗੁਸਾਈ ਮਹਿੰਡਾ ਇੱਠੜਾ, ਅੰਮ ਅੱਬੇ ਥਾਵਾਂ ਮਿੱਠੜਾ। ਠੀਕ ਹੈ, ਉਹ ਮਾਂ ਪਿਓ ਨਾਲੋਂ ਵੀ ਵੱਧ ਪਿਆਰ ਹੈ, ਪਰ ਪੁੱਤਰਾਂ ਦਾ ਵੀ ਤੇ ਕੋਈ ਫਰਜ਼ ਹੈ ਨਾ। ਜੇ ਉਸ ਦਾਤੇ ਦੀ ਯਾਦ ਤੇ ਧਿਆਨ ਤੇ ਲਿਵ ਵਿੱਚ ਨਹੀਂ ਖੁੱਭਦਾ ਤਾਂ ਫਿਰ ਅਸਾਂ ਕੀ ਫਰਜ਼ ਨਿਭਾਇਆ? ਜੇ ਮਨ ਨਾ ਲੱਗੇ ਤਾਂ ਹੱਠ ਕਰਕੇ ਘਾਲਣਾ ਦੇ ਅਸੂਲ ਤੇ ਆਰਾਧਨਾ ਨਹੀਂ ਕੀਤੀ ਤਾਂ ਗੁਰੂ ਨਾਲ ਯਾਰੀ ਕੀ ਹੋਈ? ਸਾਰੀਆਂ ਗੱਲਾਂ ਇਹਾਂ ਨੇ। ਇਹਾ ਇਲਮ ਪੜ੍ਹਨ ਵਿੱਚ ਕਾਹਦਾ ਲਿਆਸ? ਸਬਕ ਪਕਾਉਣਾ ਬਈ, ਜੇ ਨਾ ਪਕਾਓ ਤੇ ਮਾਰ ਪੈਂਦੀ ਏ। ਹੁਣ ਕੇਸਲ ਨਾ ਮਾਰੋ, ਗੁਰੂ ਨਾਲ ਟਾਲਾ ਨਹੀਂ ਕਰਨਾ। ਦੁਨਿਆਵੀ ਸੁੱਖ, ਪ੍ਰਤਾਪ, ਯਾਰੀਆਂ, ਕਾਮਯਾਬੀਆਂ ਨੂੰ
ਸੈਕੰਡਰੀ ਪਲੇਸ ਤੇ ਲਿਆਓ ਤੇ ਨਾਮ ਜਪਣ ਨੂੰ ਪ੍ਰਾਇਮਰੀ ਫੰਕਸ਼ਨ ਬਣਾਓ। ਹੁਣ ਅਵਸਰ ਹੈ, ਜੇ ਇਹ ਲੰਘ ਗਿਆ ਫਿਰ ਸਮਾਂ ਹੱਥ ਨਹੀਂ ਆਉਣਾ। ਜਵਾਨੀ ਵੀ ਤੇ ਲੰਘ ਚੁੱਕੀ ਹੈ ਨਾ, ਫਿਰ ਕਿਹੜਾ ਵੇਲਾ ਆਵੇਗਾ ਨਾਮ ਜਪਣ ਦਾ? ਖਰਮਸਤੀਆਂ ਛੱਡ ਦਿਓ, ਸਾਵਧਾਨ ਹੋ ਕੇ ਨਾਮ ਨਾਲ ਲੱਗੋ ਤੇ ਜਨਮ ਜਿੱਤ ਜਾਓ। ਨਹੀਂ ਤਾਂ ਚੇਤੇ ਰੱਖਿਓ, ਸਭ ਇਕੱਠੇ ਹੋਏ ਆਇਆ ਘਰ ਜਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਦੇਖੋ ਨਾ, ਜਿਹੜੇ ਨਾਮ ਨਹੀਂ ਜਪਦੇ ਉਹ ਮਨੁੱਖਾਂ ਵਿੱਚੋਂ ਨਹੀਂ ਹੁੰਦੇ, ਜਿਹੜੇ ਨਾਮ ਵਿੱਚ ਨਹੀਂ ਰਹਿੰਦੇ ਉਹ ਸਾਖਤ ਨੇ ਤੇ ਸਾਖਤਾਂ ਲਈ ਅੱਗੇ ਦੁੱਖ ਨੇ। ਸੋ ਬੰਦੇ ਬਣ ਕੇ ਅੱਠ ਪੈਰ ਹਰੀ ਰਸ ਵਿੱਚ ਰਹੋ। ਸਤਸੰਗ ਦਾ ਫਕੀਰਾਂ ਦੇ ਮਿਲਣੇ ਦਾ ਇਹ ਹੀ ਲਾਹ ਹੈ, ਨਹੀਂ ਤਾਂ ਭਾਈਚਾਰੇ ਤੇ ਵਾਧੂ ਨੇ ਤੇ ਹਰ ਮਨੁੱਖ ਨੂੰ ਵਾਧੂ ਮਿਲ ਸਕਦੇ ਨੇ। ਜੇ ਸਤਸੰਗ ਨਾਲ ਨੇੜਦਾ ਤਾਂ ਅੱਠੇ ਪੈਰ ਹਿਰਦੇ ਵਿੱਚ ਸਾਈ ਦਾ ਸੱਚਾ ਸੰਗ ਵਸਾਓ, ਦਿਲ ਸੱਚੇ ਦੇ ਸੰਗ ਵਿੱਚ ਰਹੇ, ਲੱਗੇ ਨਾ ਫਿਰ ਉਜ਼ਰ ਨਹੀਂ ਕੱਢਣੇ। ਨਹੀਂ ਤਾਂ ਸਤਿਗੁਰੂ ਸ਼ਾਹ ਸੁਜਾਨ ਹੈ, ਵੇਖੋ ਨਾ ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ, ਜ਼ਿੰਦਗੀ ਨੂੰ ਪਲਟਾ ਦਿਓ। ਸਾਈ ਨੇ ਸ਼ਾਹੀ ਦੇ ਦਿੱਤੀ, ਹੁਣ ਤੁਹਾਡਾ ਕੰਮ ਹੈ ਕਿ ਤੁਸੀਂ ਉਸ ਦੀ ਗਲੀ ਦੇ ਚਾਕਰ ਬਣੋ। ਸਭ ਪਦਾਰਥਾਂ ਤੇ ਨੇਕੀਆਂ ਤੋਂ ਇੱਕ ਨਾਮ ਨੂੰ ਉੱਚਾ ਜਾਣੋ, ਨਾਮ ਨਾਲ ਲਿਵ ਲਾਓ। ਇਹ ਸਾਈ ਦੇ ਦਰ ਦੀ ਗਦਾਗੀਰੀ ਭਾਵ ਇਹ ਸਾਈ ਦੇ ਦਰ ਦਾ ਭਿਖਾਰੀ ਹੋਣ ਵਾਲੀ ਗੱਲ ਹੈ। ਸਿਮਰਨ ਲਗਾਤਾਰ ਰਹਿ ਸਕਦਾ, ਲਗਾਤਾਰ ਸਿਮਰਨ ਹਾਲਤ ਵਿੱਚ ਵੀ ਲਗਾਤਾਰ ਸੁੱਖ ਦੀ ਬਣਾਈ ਰੱਖਦਾ ਹੈ, ਫਿਰ ਸਮਾਂ ਪਾ ਕੇ ਚਿੱਤ ਲਗਾਤਾਰ ਸੁੱਖ ਵਿੱਚ ਵਸਦਾ, ਲਿਵ ਲੱਗ ਜਾਂਦੀ ਹੈ। ਸਾਨੂੰ ਕੰਮਕਾਰ ਦੇ ਫਿਕਰ ਅਕਸਰ ਹੇਠਾਂ ਉੱਤੇ ਕਰਦੇ ਰਹਿੰਦੇ ਨੇ, ਫਿਕਰ ਨਾ ਕਰੋ, ਤੁਰੇ ਚੱਲੋ, ਤੁਸੀਂ ਪ੍ਰਸੰਨ ਹੋ, ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ। ਪਰ ਚੇਤੇ ਰੱਖੋ, ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ, ਜਿਸ ਖੁਸ਼ੀ ਵਿੱਚ ਨਾਮ ਹੋਵੇ ਉਹ ਸਫਲ ਖੁਸ਼ੀ। ਵੇਖੋ ਨਾ, ਵਾਹਿਗੁਰੂ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਗੁਰਮੁਖ ਲਾਈ ਹੂ, ਆਵੇ ਹਯਾਦਾ ਮਿਲਿਆ ਪਾਣੀ ਹਰ ਜਗ੍ਹਾ ਹਰ ਥਾਈ ਹੂ, ਅੰਦਰ ਬੂਟੀ ਮੁਸ਼ਖੜ ਆਇਆ ਜਦ ਫੁੱਲਣ ਤੇ ਆਈ ਹੂ, ਜੁਗ ਜੁਗ ਜੀਵੇ ਇਹ ਸੋਹਣਾ ਬਾਬਲ ਜਿਨ ਇਹ ਬੂਟੀ ਲਾਈ ਹੂ। ਫਕੀਰੀ ਇੱਕ ਕਠਿਨ ਖੇਡ ਹੈ, ਤੁਹਾਡਾ ਖਿਆਲ ਇਸ ਨੂੰ ਸੌਖਾ ਜਾਣ ਕੇ ਜ਼ਰਾ ਆਲਸ ਵੱਲ ਚਲਾ ਗਿਆ। ਆਲਸ ਨੂੰ ਕੱਢੋ, ਘੱਟੋ ਘੱਟ ਵਕਤ ਦਾ ਦਸਵੰਤ ਇਸ ਪਾਸੇ ਲਾਓ, ਦਿਲ ਨੂੰ ਸਿੱਧਾ ਮਾਲਕ ਵੱਲ ਲਾਓ। ਜੋ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਦੇ ਪਿਆਰ ਦਾ ਜਵਾਬ ਦਿਓ, ਪਰ ਉਹਨਾਂ ਦੇ ਪਿਆਰ ਵਿੱਚ ਘਿਰ ਕੇ ਗੁਰੂ ਨਾਨਕ ਦੇ ਪ੍ਰੇਮ ਤੋਂ ਦੂਰ ਨਾ ਹੋ ਜਾਓ। ਸੰਸਾਰ ਸਾਗਰ ਉਹ ਤਰਦਾ ਜਿਹੜਾ ਆਪਣੇ ਇਸ਼ਟ ਦੇਵ ਦੇ ਪਿਆਰ ਵਿੱਚ ਉਸ ਨਾਲ ਜੁੜਿਆ ਰਹਿੰਦਾ ਤੇ ਹੋਰ ਸਭ ਤਰ੍ਹਾਂ ਦੇ ਪਿਆਰ ਨੂੰ ਮਭੂਲੀ ਜਾਣਦਾ। ਇਹ ਕੁਝ ਕਰੋ, ਹਾਂ ਮੇਰੇ ਅੰਦਰ ਕਿਸੇ ਦੀਆਂ ਗਲਤੀਆਂ ਨੂੰ ਆਪਣੇ ਮਨ ਵਿੱਚ ਰੱਖੀ ਰੱਖਣ ਨੂੰ ਕੋਈ ਥਾਂ ਨਹੀਂ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫਟਫਟ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਵੰਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਆ ਸਾਡੇ ਕੋਲ ਪਰ ਵਿੱਚ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗੁਆਈ,
ਉਹ ਸੰਭਲ ਸੰਭਲ ਇਸ ਅੱਜ ਨੂੰ ਇਹ ਬੀਤੇ ਮਹਾਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ ਹਰ ਰੰਗ ਹਰ ਕੀਰਤ ਚਾਹੁੰਦਿਆਂ। ਵੇਖੋ ਕੱਲ ਜਿਹੜਾ ਬੀਤ ਚੁੱਕਾ ਹੈ ਉਹ ਸਾਡੇ ਵਸ ਵਿੱਚੋਂ ਨਿਕਲ ਗਿਆ ਤੇ ਜਿਹੜਾ ਕੱਲ ਆਉਣਾ ਹੈ ਉਹ ਹਾਲਾਂ ਸਾਡੇ ਵਸ ਵਿੱਚ ਨਹੀਂ। ਇਹਨਾਂ ਦੋਵਾਂ ਦੇ ਬਾਰੇ ਵਿੱਚ ਚਿੰਤਾ ਜਾਂ ਫਿਕਰ ਕਰਨਾ ਵਿਅਰਥ ਹੈ। ਤੇ ਅੱਜ ਜੋ ਹੁਣ ਸਾਡੇ ਕੋਲ ਹੈ ਉਸ ਪਿਆਰੇ ਹੁਣ ਵਾਲੇ ਸਮੇਂ ਨੂੰ ਪਿਆਰੇ ਪਵਿੱਤਰ ਮਹਾਰਸ ਵਿੱਚ ਲਾ ਕੇ ਆਨੰਦ ਵਿੱਚ ਨਾ ਰਹੀਏ ਤੇ ਵਿਅਰਥ ਫਿਕਰ ਜਾਂ ਅਫਸੋਸ ਕਰੀਏ ਤਾਂ ਸੱਚਮੁੱਚ ਅੱਜ ਦੇ ਇਸ ਸਮੇਂ ਨੂੰ ਵੀ ਅਫਸੋਸ ਵਿੱਚ ਗੁਆਉਣ ਵਾਲੀ ਗੱਲ। ਇਸ ਤੁਰੇ ਜਾਂਦੇ ਹੁਣ ਜਿਸ ਦੇ ਅਸੀਂ ਮਾਲਕ ਹਾਂ ਇਹ ਚਿੰਤਾ ਤੇ ਅੰਦੇਸ਼ਿਆਂ ਵਿੱਚ ਲੰਘਦਾ ਜਾ ਰਿਹਾ। ਬੀਤ ਗਈ ਤੇ ਆਉਣ ਵਾਲੀ ਕੱਲ ਜਿਸ ਤੇ ਸਾਡਾ ਵਸ ਨਹੀਂ ਇਹ ਹੁਣ ਨੂੰ ਖਾ ਰਹੀ। ਮਹਾਰਸ ਦਾ ਵੇਲਾ ਕਦੋਂ ਆਵੇਗਾ? ਵੇਲਾ ਕੇਵਲ ਹੁਣ ਹੈ, ਹੁਣ ਦੀ ਸੰਭਾਲ ਕਰੋ। ਸਦਾ ਆਨੰਦਤ ਸਤਿਗੁਰੂ ਆਖਦਾ ਕਬੀਰ ਕਾਲ ਕਰਨ ਤਾਂ ਅਭੈ ਕਰ ਅਬ ਕਰਤਾ ਸੋਏ ਤਾਲ ਪਾਛੈ ਕਛੂ ਨਾ ਹੋਵਈ ਜਾਓ ਸਿਰ ਪਰ ਆਵੇ ਕਾਲ। ਧਿਆਨ ਕਰਦਿਆਂ ਧਿਆਨ ਦੇ ਰਸ ਵਿੱਚ ਬੇਹੋਸ਼ ਹੋ ਜਾਣਾ ਚਾਹੀਦਾ ਜਿਵੇਂ ਲੂਣ ਦੀ ਡਲੀ ਪਾਣੀ ਵਿੱਚ ਗਲ ਜਾਂਦੀ। ਫੁਰਨੇ ਨਹੀਂ ਆਉਣੇ ਚਾਹੀਦੇ। ਭੁੱਲ ਕੀਤੀ ਤਾਂ ਸਿਰ ਉੱਤੇ ਗੁਰੂ ਨਾਨਕ ਦਾ ਧਿਆਨ ਕਰੋ, ਉਸੇ ਵੇਲੇ ਭੁੱਲ ਬਵਾਵ। ਸਿੱਖ ਤਾਂ ਦਿਨ ਵੇਲੇ ਗ੍ਰਿਸਤੀ ਹੁੰਦਾ ਤੇ ਰਾਤ ਨੂੰ ਸੁਨਿਆਸੀ। ਰਾਤ ਨੂੰ ਜਦੋਂ ਸਾਰਾ ਪਰਿਵਾਰ ਸੌਂ ਜਾਵੇ ਤਾਂ ਆਪ ਉੱਠ ਕੇ ਬਹਿ ਜਾਓ ਤੇ ਕੀਰਤਨ ਸੋਹਲੇ ਦਾ ਪਾਠ ਕਰਕੇ ਧਿਆਨ ਤੇ ਨਾਮ ਜਪਣਾ ਸ਼ੁਰੂ ਕਰੇ ਤੇ ਕਰਦਾ ਕਰਦਾ ਜਦੋਂ ਨੀਂਦ ਆਵੇ ਸੌਂ ਜਾਏ। ਜਦੋਂ ਜਾਗੇ ਨਾਮ ਜਾਰੀ ਹੋਵੇ ਤਾਂ ਸਮਝੇ ਕਿ ਨੀਂਦ ਵਿੱਚ ਵੀ ਨਾਮ ਜਾਰੀ ਰਹੇ। ਜਾਗਣ ਵਿੱਚ ਸ਼ਾਂਤ ਸੁਖ ਬਾਣੀ ਜਾਂ ਨਾਮ ਹੋਵੇ ਤਾਂ ਸਮਝੋ ਕਿ ਨਾਮ ਜਾਰੀ ਰਹੇ। ਮੌਤ ਕੀ ਹੈ? ਰਜ਼ਾ ਦੀ ਛੁੱਟੀ, ਭਾਵ ਜੇ ਪਾਪੀਏ ਤਾਂ ਛੁੱਟੀ ਤੇ ਗਏ ਨੂੰ ਜਿੱਥੇ ਨੌਕਰੀ ਕਰਦਾ ਹੈ ਨਾ ਉੱਥੇ ਹਰ ਵੇਲੇ ਲਾਣ ਤਾਂ ਪੈਣਗੀਆਂ। ਜੇ ਵਾਪਸ ਆਵੇਗਾ ਤਾਂ ਫਿਰ ਉਸੇ ਨੌਕਰੀ ਤੇ ਲੱਗੇਗਾ, ਉਸੇ ਹਾਲ ਹੋਵੇਗਾ। ਜੇ ਪਾਪੀ ਨਹੀਂ ਤਾਂ ਦੂਰ ਛੁੱਟੀ ਤੇ ਗਿਆ ਘਰ ਉਲਾਂਭੇ ਨਹੀਂ ਮਿਲਣਗੇ। ਹਾਂ, ਛੁੱਟੀ ਕੱਟ ਕੇ ਵਾਪਸ ਆ ਕੇ ਆਪਣੀ ਡਿਊਟੀ ਦਾ ਕੰਮ ਕਰੇਗਾ। ਨੰਬਰ 4, ਜੇ ਅਭਿਆਸੀ ਹੈ ਤਾਂ ਹੁਕਮ ਤੇ ਛੁੱਟੀ ਤੇ ਗਿਆ ਉੱਥੇ ਆਪਣੇ ਇੱਥੋਂ ਦੇ ਅਫਸਰਾਂ ਦਾ ਰਿਕਮੈਂਡੇਸ਼ਨ ਲੈਟਰ ਵਿਖਾ ਕੇ ਖੁਸ਼ ਤੇ ਸੁਖੀ ਹੋਵੇਗਾ ਤੇ ਵਾਪਸ ਆਏ ਨੂੰ ਚੰਗੀ ਤਰ੍ਹਾਂ ਰਹਿਣਾ ਬਹਿਣਾ ਤੇ ਵਸਣਾ ਮਿਲੇਗਾ। ਨੰਬਰ 5, ਜੇ ਪੂਰਾ ਅਭਿਆਸੀ ਹੈ ਤਾਂ ਪੈਨਸ਼ਨ ਪਾ ਕੇ ਘਰ ਜਾਏਗਾ ਤੇ ਫਿਰ ਨੌਕਰੀ ਤੇ ਨਹੀਂ ਆਉਣਾ ਪਏਗਾ ਤੇ ਉੱਥੇ ਸਦਾ ਪ੍ਰਸੰਨ ਰਹੇਗਾ। ਤੇ 6, ਜੇ ਬਿਲਕੁਲ ਨਾਮ ਨਹੀਂ ਜਪਿਆ ਫਿਰ ਅੱਗੇ ਫੜਿਆ ਜਾਏਗਾ, ਫਿਰ ਆਵੇਗਾ, ਫਿਰ ਸਗੋਂ ਵੱਧ ਔਖੀ ਨੌਕਰੀ ਤੇ ਲਾਇਆ ਜਾਏ, ਭਾਵ ਸਜ਼ਾ ਮਿਲੇਗੀ। ਤੁਹਾਡੀ ਮਰਜ਼ੀ, ਤੁਸੀਂ ਜੋ ਮਰਜ਼ੀ ਕਰੋ। ਤੁਸੀਂ ਹੁਣ ਆਪਣਾ ਅੰਮ੍ਰਿਤ ਵੇਲੇ ਦਾ ਉੱਠਣਾ ਤੇ ਨਿਤਨੇਮ ਬਾਕਾਇਦਾ ਕਰ ਦਿਓ ਤਾਂ ਕਿ ਤੁਹਾਡੇ ਮਨ ਦੀ ਹਾਲਤ ਵੀ ਚੜ੍ਹਦੀ ਕਲਾ ਵਾਲੀ ਹੋ ਜਾਏ। ਸੋਚਾਂ ਬੰਦ ਕਰ ਦਿਓ, ਵਾਹਿਗੁਰੂ ਨਾਲ ਹੈ ਫਿਰ ਡਰ ਕਾਹਦਾ। ਹੀਰ ਭਾਈ ਗੁਰਦਾਸ ਜੀ ਪੜੋ, ਸਭ ਨੂੰ ਨਾਸਵੰਤ ਸਮਝਣ ਦੀ ਕੋਸ਼ਿਸ਼ ਕਰੋ।
ਸਭ ਰਜ਼ਾ ਤੇ ਛੱਡੋ, ਸੋਚਾਂ ਬੰਦ। ਪਹਿਲੀ ਗੱਲ, ਗੁਰੂ ਨਾਨਕ ਅੰਗ ਸੰਗ ਹਾਜ਼ਰ ਨਾਜ਼ਰ ਪ੍ਰਤੀਤ ਹੋਵੇ। ਨੰਬਰ 2, ਵਿਧਵਾ ਜਾਂ ਲੋੜਵੰਦਾਂ ਦੀ ਸੇਵਾ ਤੇ ਫਜ਼ੂਲ ਖਰਚੀ ਘੱਟ। ਤੀਸਰਾ, ਸਵੇਰੇ ਉੱਠਣਾ, ਸੁਖਮਣੀ ਸਾਹਿਬ ਦਾ ਪਾਠ ਤੇ ਨਾਮ ਜਪਣਾ। ਆਲਸ ਛੱਡਣਾ ਪਵੇਗਾ, ਖਸਮ ਤਾਂ ਆਪ ਰੱਖੇਗਾ। ਬੇਨਤੀ ਤੇ ਅਰਦਾਸ ਕਰੋ, ਜੇ ਦਿਲ ਕਾਹਲਾ ਪੈ ਜਾਏ ਤਾਂ 1 ਘੰਟਾ ਅਭਿਆਸ ਕਰੋ। ਮਨ ਵਿੱਚ ਜੋ ਜਗ੍ਹਾ ਹੈ ਉਸ ਨੂੰ ਪਰਮਾਰਥ ਨਾਲ ਭਰ ਦਿਓ ਤੇ ਵਿਵਹਾਰ, ਬਾਣੀ, ਅਰਥ, ਭਾਵ ਸਥੂਲ, ਸੂਖਮ, ਔਗਣ ਮਨ ਵਿੱਚ ਸਮਝ ਲਵੋ। ਬੇਨਤੀ ਕਰੋ, ਗਰੀਬੀ ਨਾਲ, ਨਿਮਰਤਾ ਨਾਲ, ਸੇਵਾ ਟੁੱਟ ਕੇ ਤੇ ਲਗਨ ਨਾਲ ਕਰੋ। ਗੁਰੂ ਜੀ ਨੇ ਆਖਿਆ, ਆਪਣੇ ਬਾਲਕ ਆਪ ਰੱਖਿਆ ਪਾਰ ਬ੍ਰਹਮ ਗੁਰਦੇਵ। ਦੁੱਖ ਵੇਲੇ ਨਾਮ ਨਾ ਛੁੱਟੇ, ਦੁੱਖ ਵੇਲੇ ਤੇ ਸਗੋਂ ਅਜ਼ਮਾਇਸ਼ ਹੁੰਦੀ ਏ ਕਿ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ ਕਿ ਬੱਚਿਆਂ ਨੂੰ। ਨਾਮ ਬਾਣੀ ਤੇ ਰਸ ਵੇਲੇ ਬੱਚਿਆਂ ਦਾ ਤੌਖਲਾ ਸਾਨੂੰ ਕਦੇ ਨਹੀਂ ਹੋਣਾ ਚਾਹੀਦਾ। ਗੁਰੂ ਜਿਸ ਪਿੰਡ ਵੱਸਦਾ ਅਸਲ ਘਰ ਤਾਂ ਉਹ ਹੈ, ਉੱਥੇ ਨਾ ਮੌਤ ਨਾ ਦੁੱਖ, ਬੁੱਲੇ ਲੁੱਟਣ ਦੀ ਥਾਂ ਹੈ। ਗੁਰੂ ਮੁੱਖ ਹੈ ਤੇ ਹੋਰ ਸਭ ਗੱਲਾਂ ਮਾਮੂਲੀ। ਇਹ ਗੱਲ ਯਾਦ ਰੱਖੋ, ਤੁਹਾਨੂੰ ਦੁੱਖ ਨਹੀਂ ਆ ਸਕਦਾ। ਗੁਣ ਗਾਵਤ ਤੇਰੀ ਉਤਰਸ ਮੈਲ, ਪਰ ਹੱਠ ਨਹੀਂ ਕਰਨਾ। ਪਤਾ ਲੱਗਾ ਸੀ ਤੁਸੀਂ ਵਿਦਿਆ ਪੜ੍ਹਨ ਵਿੱਚ ਹੋਰ ਤਰੱਕੀ ਕਰ ਰਹੇ ਹੋ, ਹੋਰ ਕਰੋ। ਪਰ ਵੈਸਟਰਨ ਐਜੂਕੇਸ਼ਨ ਦਾ ਭਾਵ ਪੱਛਮੀ ਵਿਦਿਆ ਦਾ ਇੱਕ ਵੱਡਾ ਨੁਕਸ ਹੈ ਕਿ ਇਹ ਬੰਦੇ ਨੂੰ ਨਾ ਪਦਾਰਥਕ ਸੁੱਖਾਂ ਵੱਲ ਵਧੇਰੇ ਲਿਜਾਂਦੀ ਹੈ, ਮਟੀਰੀਅਲਿਸਟਿਕ ਬਣਾ ਦਿੰਦੀ ਹੈ, ਅਤੇ ਜ਼ਿੰਦਗੀ ਦੇ ਸੁੱਖ ਤੇ ਸੈਂਟੀਮੈਂਟਸ ਨਾਲ, ਭਾਵ ਜਜ਼ਬਾਤ ਨਾਲ ਮਿਲਣ ਵਾਲੇ ਸੁੱਖਾਂ ਤੋਂ ਦੂਰ ਕਰ ਦਿੰਦੀ ਹੈ। ਇਸ ਲਈ ਵਿਦਿਆ ਦੇ ਨਾਲ ਨਾਲ ਆਪਣੇ ਦੇਸ਼ ਦੇ ਪੁਰਾਤਨ ਕਲਚਰ ਨੇ ਜੋ ਕੁਝ ਲੱਭਿਆ ਉਸ ਵੱਲ ਵੀ ਖਿਆਲ ਰੱਖਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤੇ ਹਾਇਰ ਲਾਈਫ ਵੱਲ ਮੂੰਹ ਰੱਖਣਾ ਚਾਹੀਦਾ ਤਾਂ ਕਿ ਦਿਲ ਅਤੇ ਦਿਮਾਗ ਦੋਵਾਂ ਦੀ ਇੱਕੋ ਜਿਹੀ ਤਰੱਕੀ ਹੋਵੇ। ਨਿਰੀ ਦਿਮਾਗੀ ਤਰੱਕੀ ਕੋਈ ਸੁਖੀ ਕਰਨ ਵਿੱਚ ਕਾਮਯਾਬ ਨਹੀਂ ਹੁੰਦੀ। ਵਾਹਿਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਹੋਵੇ ਤਾਂ ਹਿਰਦਾ ਪਿਆਰ ਵਿੱਚ ਰੋਂਦਾ ਹੈ। ਇਸ ਵਿੱਚ ਜਿਹੜੇ ਪਿਆਰ ਦੇ ਵਲਵਲੇ ਪੈਦਾ ਹੁੰਦੇ ਨੇ, ਇਹ ਸਗੋਂ ਜੀਵਨ ਦੀ ਲਹਿਰ ਦਾ ਸੁਰਜੀਤ ਹੋਣ। ਇਸ ਤੋਂ ਬਿਨਾਂ ਜੀਵਨ ਕੁਝ ਨਹੀਂ। ਸੱਚ ਹੀ ਲਵੈ ਬਿਨ ਤੇ ਨਿਮਾਣੀ, ਲਿਵ ਤੋਂ ਬਿਨਾਂ ਪਿਆਰ ਦੇ ਵਲਵਲਿਆਂ ਦੀ ਜਾਗ ਕਿਵੇਂ ਆ ਸਕਦੀ। ਧੰਨ ਸਤਿਗੁਰੂ ਨਾਨਕ ਹੈ ਜੋ ਦਾਤਾਂ ਬਖਸ਼ਦਾ ਤੇ ਆਪਣੇ ਵੱਲ ਖਿੱਚ ਲੈਂਦਾ। ਕੂੰਜ ਭਾਵੇਂ ਕਿੰਨੀ ਦੂਰ ਹੋਵੇ, ਬੱਚਿਆਂ ਦਾ ਧਿਆਨ ਨਹੀਂ ਭੁੱਲਦੀ। ਕੂੰਜ ਦੇ ਬੱਚੇ ਮਾਂ ਦੀ ਦੂਰੀ ਵਿੱਚ ਉਸਦੇ ਧਿਆਨ ਦੇ ਆਸਰੇ ਪਲਦੇ ਨੇ। ਇਸੇ ਤਰ੍ਹਾਂ ਸਤਿਗੁਰੂ ਭਾਵੇਂ ਸਾਡੀਆਂ ਅੱਖਾਂ ਤੋਂ ਦੂਰ ਹੈ, ਪਰ ਸਦਾ ਸਾਨੂੰ ਯਾਦ ਰੱਖਦਾ। ਜੇ ਅਸੀਂ ਜਪਦੇ ਹਾਂ ਤਾਂ ਪੱਕੀ ਨਿਸ਼ਾਨੀ ਹੈ ਕਿ ਗੁਰੂ ਸਾਨੂੰ ਯਾਦ ਕਰ ਰਿਹਾ। ਨਾਨਕ ਸਤਿਗੁਰ ਸਿੱਖ ਕਹੋ ਜੀ ਨਾਲ ਸਮਾਰੇ। ਸਤਿਗੁਰੂ ਤੇ ਅਤ ਪਿਆਰ ਕਰਦਾ ਹੈ, ਸਾਡੇ ਜੇ ਨੀਚਾਂ ਨੂੰ ਵੀ ਯਾਦ ਕਰਕੇ ਸਿਮਰਨ ਦੀ ਦਾਤ ਬਖਸ਼ਦਾ ਹੈ। ਸੋ ਕਦੇ ਨਹੀਂ ਡੁੱਲਣਾ ਚਾਹੀਦਾ। ਉਹ ਸਦਾ ਪਿਆਰ ਦਿੰਦਾ, ਮਿਲਣ ਦੀ ਤਾਂਘ ਬੜੀ ਚੰਗੀ ਹੈ ਤੇ ਇਸ ਤਾਂਘ ਵਿੱਚ ਰਹਿਣਾ ਹੀ ਤੇ ਜ਼ਿੰਦਗੀ ਹੈ। ਬਾਣੀ ਪੂਰੀ ਪੜ੍ਹਨੀ ਤੇ ਸ਼ੁਕਰ ਵਿੱਚ ਰਹਿਣਾ ਸਿੱਖੀ ਦੀ ਜੜ੍ਹ ਪੱਕੀ ਕਰਦਾ।
ਗੁਰੂ ਦੇ ਹਜ਼ੂਰ ਅਰਦਾਸ ਵੀ ਕਰਿਆ। ਅਰਦਾਸ ਇੱਕ ਇਹੋ ਜਿਹਾ ਜ਼ਰੀਆ ਹੈ ਜਿਹੜਾ ਗੁਰੂ ਨਾਲ ਜੋੜਦਾ ਹੈ। ਗੁਰੂ ਦੇ ਚਰਨ ਨਹੀਂ ਛੱਡਣੇ, ਗੁਰੂ ਦੇ ਚਰਨਾਂ ਵਿੱਚ ਸੱਚੇ ਸ਼ਹਿਦ ਦਾ ਸੁੰਮ ਹੈ। ਜੇ ਅਸੀਂ ਇਸ ਮਾਖਿਓ ਨੂੰ ਪਿਆਰ ਕਰੀਏ ਤਾਂ ਗੁਰੂ ਸਾਡੀ ਇਸ ਮਾਖਿਓ ਨੂੰ ਬਿਨਾਂ ਖਾਣ ਤੋਂ ਵੀ ਕਬੂਲ ਕਰ ਲੈਂਦਾ। ਸਤਿਗੁਰੂ ਸਾਡੇ ਬਿਨਾਂ ਦੇਖੇ ਸਾਡੇ ਪਿਆਰ ਦੇ ਬਣੇ ਭੋਜਨ ਵਿੱਚ ਵੀ ਰਸੀਆ ਹੁੰਦਾ, ਸਾਡੀ ਨੀਂਦ ਵਿੱਚ ਵੀ ਸਤਿਗੁਰੂ ਅੰਮ੍ਰਿਤ ਪਾ ਦਿੰਦਾ ਤੇ ਕਲਤਾ ਵਿੱਚ ਵੀ ਸਾਥ ਦਿੰਦਾ। ਆਪਣੇ ਬੱਚੇ ਦਾ ਗੁਰੂ ਆਪ ਹੀ ਸਾਥੀ ਤੇ ਰੱਖ ਹੈ। ਗੁਰੂ ਜੀ ਨੇ ਆਖਿਆ ਸੀ ਨਾ, ਆਪਣੇ ਬਾਲਕ ਆਪ ਰੱਖਣ ਭਾਰ ਬ੍ਰਹਮ ਗੁਰਦੇਵ। ਸਿਮਰਨ ਦਾ ਜਾਰੀ ਰਹਿਣਾ ਇਹ ਸਭ ਤੋਂ ਪਹਿਲੀ ਨਿਆਮਤ ਹੈ। ਇਸ ਵਿੱਚ ਰਸ ਦੇ ਛਿਨ ਆਉਣੇ ਇਹ ਦੂਜੀ ਨਿਆਮਤ ਹੈ। ਮਨ ਦਾ ਸੰਕਲਪ ਵਿਕਲਪ ਤੋਂ ਹਟ ਕੇ ਇਸੇ ਰਸ ਵਿੱਚ ਰਹਿਣਾ ਇਹ ਲਿਵ ਹੈ ਤੇ ਇਹ ਤੀਸਰੀ ਵੱਡੀ ਨਿਆਮਤ ਹੈ। ਸਭ ਦਾਤਾਂ ਨੇ ਪਰ ਦਾਤਾਂ ਦਾਤੇ ਦੇ ਵਸ ਹੁੰਦੀਆਂ ਨੇ। ਮੰਗਤੇ ਦਾ ਕੰਮ ਹੈ ਝੋਲੀ ਅੜ ਕੇ ਮੰਗਦੇ ਰਹਿਣਾ। ਮੰਗਣਾ ਅਰਦਾਸ ਕਰਨੀ, ਮੰਗਣਾ ਮਨ ਨੂੰ ਗੁਰੂ ਵੱਲ ਰੱਖਣ ਦਾ ਖਿਆਲ, ਮੰਗਣਾ ਮਿਲੇ ਦਾ ਸ਼ੁਕਰੀਆ ਤੇ ਫਿਰ ਮੰਗਣਾ ਗੁਰਬਾਣੀ ਦਾ ਪਾਠ, ਵਿਚਾਰ ਕਰਨਾ, ਕੀਰਤਨ ਕਰਨਾ ਜਾਂ ਸੁਣਨਾ। ਇਹਨਾਂ ਸਾਰੀਆਂ ਕੋਸ਼ਿਸ਼ਾਂ ਨਾਲ ਲੱਗੇ ਸਹਿਜ ਧਿਆਨ ਹੁੰਦਾ ਰਹਿੰਦਾ ਤੇ ਅਭਿਆਸੀ ਇਹਨਾਂ ਸਾਰਿਆਂ ਵਿੱਚ ਵਿਚਰਦਾ। ਗੁਰੂ ਇਹ ਰੌ ਬਖਸ਼ੀ ਰੱਖੇ, ਦੂਰ ਬੈਠਿਆਂ ਦੀ ਇਹ ਅਰਦਾਸ ਹੈ।